ਸਭ ਤੋਂ ਪਹਿਲਾਂ ਸਮੂਹਾਜ ਨੂੰ ਫਤਿਹ ਸਾਂਝੀ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਦੇ ਬਾਰੇ ਆਪਾਂ ਗੱਲ ਕਰਨੀ ਹੈ, ਬੇਜਲ ਸੱਤ ਜਿਹਨੂੰ ਸੋਸ਼ਲ ਮੀਡੀਆ ਕਹਿੰਦੇ ਆ, ਉਹਦੀ ਇੱਕ ਖੂਬੀ ਇਹ ਹੈ ਕਿ ਉਹਦੇ 'ਚ ਕੋਈ ਵੀ ਚੀਜ਼ ਤਰਤੀਬ 'ਚ ਨਹੀਂ ਹੁੰਦੀ। ਉਂਗਲ ਘੁਮਾਓ, ਪਤਾ ਨਹੀਂ ਕੀ ਆਊਗਾ। ਇਸ ਕਰਕੇ ਮੈਂ ਇਸੇ ਤਰਤੀਬ 'ਚ ਬੋਲੂੰਗਾ ਕਿ ਮੇਰੀ ਗੱਲ ਤੋਂ ਬਾਅਦ ਦੂਜੀ ਗੱਲ ਉਹਦੇ ਨਾਲ ਜੁੜਦੀ ਹੋਊ ਕਿ ਨਹੀਂ, ਇਹ ਤੁਸੀਂ ਜਾਣੋ। ਦੋ ਗੱਲਾਂ ਜਿਹੜੀਆਂ ਸਾਰੀਆਂ ਜਿਹੜੀਆਂ ਸੱਜਣਾਂ ਨੇ ਇੱਥੇ ਵਿਚਾਰ ਦਿੱਤੇ ਉਹਨਾਂ 'ਚੋਂ ਮੈਨੂੰ ਲੱਗੀ ਗੱਲ ਕਰਨ ਵਾਲੀ ਜਿਹੜੀ, ਉਹ ਮੇਰੇ ਇਸੇ ਗੱਲ ਨਾਲ ਸੰਬੰਧਿਤ ਹੈ ਜਿੱਥੇ ਡਾਕਟਰ ਗੁਰਮੁਖ ਸਿੰਘ ਹੋਣਾ ਨੇ ਗੱਲ ਛੱਡੀ ਸੀ। ਇੱਕ ਉਹਦਾ ਹਵਾਲਾ ਤੁਹਾਨੂੰ ਮੈਂ ਉੱਥੋਂ ਸ਼ੁਰੂ ਕਰਦਾ ਕਿ ਜਦੋਂ ਸਾਡਾ ਹੱਕ ਨਾਂ ਦੀ ਇੱਕ ਫਿਲਮ ਆਈ ਤਾਂ ਪੰਜਾਬ 'ਚ ਖਾਸ ਕਰਕੇ ਜਿਹੜੇ ਬੰਦੇ ਆਪਦੇ ਆਪ ਨੂੰ ਸਿੱਖ ਅਤੇ ਸਿੱਖਾਂ 'ਚੋਂ ਜਿਹੜੇ ਆਪਦੇ ਆਪ ਨੂੰ ਆਜ਼ਾਦ ਸਿੱਖ ਰਾਜ ਦੀ ਹਾਮੀ ਸਮਝਦੇ ਸੀ, ਉਹਨਾਂ 'ਚ ਬਹੁਤ ਉਤਸ਼ਾਹ ਸੀਗਾ। ਮੈਂ ਪਿੰਡ ਗਿਆ ਸੀ ਅਤੇ ਮੇਰੇ ਪਿੰਡ ਦਾ ਇੱਕ ਮੁੰਡਾ ਖੇਤ ਨੂੰ ਜਾਂਦਾ, ਦੂਜਾ ਉਹਨੂੰ ਕਹਿੰਦਾ ਓਏ ਫਿਲਮ ਲੱਗੀ ਚੱਲੀਏ ਦੇਖਣ, ਖਾੜਕੂਆਂ 'ਤੇ ਬਣੀ ਹੈ। ਜਿਹੜਾ ਮੁੰਡਾ ਖੇਤ ਨੂੰ ਜਾਂਦਾ ਸੀ ਉਹ 12 ਪੜ੍ਹਿਆ ਨਹੀਂ ਸੀ ਰਹਿ ਗਈਆਂ ਵਿਚਾਲੇ ਉਹਦੀਆਂ, ਉਹ ਖੜ ਕੇ ਕਹਿੰਦਾ ਜਿਹੜੀ ਚੀਜ਼ ਸਰਕਾਰ ਬਿਨਾਂ ਖੂਨ ਡੋਲਿਆਂ ਦਿੰਦੀ ਹੈ ਉਹ 'ਚ ਗੜਬੜ ਹੋਊਗੀ। ਇਹ ਗੱਲ ਹੁਣ ਮੈਂ ਇਹਨੂੰ ਸਾਰੀ ਥਾਂ ਲਾਗੂ ਕਰਕੇ ਦੇਖਦਾ ਕਿ ਜਿਹੜੀ ਚੀਜ਼ ਮਨੁੱਖਤਾ ਨੂੰ ਉੱਪਰੋਂ ਬਿਨਾਂ ਮੰਗਿਆਂ ਮਿਲ ਜਾਂਦੀ ਹੈ ਉਹ 'ਚ ਗੜਬੜ ਹੋਊਗੀ। ਜਿਹਨੂੰ ਅਸੀਂ ਬਿਜਲ ਸੱਥ ਕਹਿੰਦੇ ਹਾਂ, ਜਿਹੜਾ ਸੰਦ ਸਾਡਾ ਇਹਦੀ ਲੋੜ ਮਨੁੱਖਤਾ ਨੂੰ ਹਾਲੇ ਹੈ ਭਲਾ? ਜਿਹੜੇ ਬੰਦੇ ਖੱਬੇ ਪੱਖੀ ਤਰੀਕੇ ਨਾਲ ਸੋਚਦੇ ਨੇ ਉਹਨਾਂ ਨੂੰ ਪਤਾ ਹੈ ਕਿ ਦੁਨੀਆਂ 'ਚ ਲੋਕਾਂ ਨੂੰ ਹਜੇ ਪਾਣੀ ਰੋਟੀ ਨਹੀਂ ਮਿਲਣ ਲੱਗਿਆ, ਠੀਕ। ਜਿਹੜੇ ਦੂਜੇ ਤਰੀਕੇ ਨਾਲ ਸੋਚਦੇ ਨੇ ਉਹਨਾਂ ਨੂੰ ਪਤਾ ਕਿ ਪੂਰੀ ਦੁਨੀਆਂ 'ਚ ਕਿਸੇ ਵੀ ਸਮਾਜ ਦੀ ਇੰਨੀ ਕੁ ਸੰਤੁਸ਼ਟੀ ਵੀ ਨਹੀਂ ਹੈ, ਜਿਹਨਾਂ ਕੋਲ ਖਾਸ ਕਰਕੇ ਰਾਜ ਨਹੀਂ ਹੈ, ਕਿ ਸਾਡੀ ਕਿਤੇ ਇੱਜ਼ਤ ਵੀ ਹੈ। ਬਿਮਾਰੀਆਂ, ਦੁੱਖ ਭੁੱਖ, ਸਭ ਨੂੰ ਪਤਾ ਕਿ ਅੰਕੜੇ ਪਹਿਲਾਂ ਤੋਂ ਗਾਂਹ ਜਾਈ ਜਾਂਦੇ ਨੇ। ਕੁਝ ਦਿਨ ਪਹਿਲਾਂ ਮੈਂ ਇੱਕ ਬੱਸ 'ਚ ਖੜ੍ਹਾ, ਉਹਦੇ 'ਚ ਮੇਰੇ ਸਮੇਤ 20 ਬੰਦੇ ਖੜ੍ਹੇ ਹੋਏ ਸੀ ਅਤੇ 6-7 ਬੰਦਿਆਂ ਕੋਲ ਐਪਲ ਦੇ ਫੋਨ ਸੀ। ਅਤੇ ਮੇਰੇ ਮਨ 'ਚ ਇਹੀ ਖਿਆਲ ਉੱਥੋਂ ਆਇਆ ਕਿ ਸਮੁੱਚੇ ਰੂਪ 'ਚ ਦੁਨੀਆ ਭਰ ਜਿਹੜਾ ਇਹ ਵਿਕਾਸ ਹੈ, ਚਲੋ ਉਹਦਾ ਨਾਂ ਤੁਸੀਂ ਜੋ ਮਰਜ਼ੀ ਧਰ ਲਓ, ਪੂੰਜੀਵਾਦ ਜੋ ਵੀ, ਕੁੱਲ ਮਿਲਾ ਕੇ ਇੰਨਾ ਹੈ ਕਿ ਕਿਸ ਵਿਧ ਹੋ ਰਿਹਾ ਵੀ ਮਨੁੱਖ ਕੋਲ ਐਸਾ ਸਭ ਤੋਂ ਸੂਖਮ ਯੰਤਰ ਆ ਗਿਆ ਜਿਹਦੀ ਹਾਲੇ ਸਮਾਜ ਦੇ ਵੱਡੇ ਹਿੱਸੇ ਨੂੰ ਵਰਤੋਂ ਦੀ ਲੋੜ ਹੈ ਨਹੀਂ। ਤੁਸੀਂ ਇੰਗਲੈਂਡ ਜਾ ਕੇ ਦੇਖੋ ਤਾਂ ਉੱਥੇ ਹਾਲੇ ਵੀ ਸੜਕਾਂ ਦੇ ਕਿਨਾਰੇ ਨਾ ਉਹ ਲੱਗੇ ਹੋਏ ਨੇ ਪੁਰਾਣੇ ਟੈਲੀਫੋਨ ਵਾਲੇ ਖੰਭੇ, ਜਿਹੇ ਚੱਲਦੇ ਨੇ ਉਹ, ਵੀ ਹਰ ਅੱਧੇ ਕਿਲੋਮੀਟਰ ਬਾਅਦ ਉਹਨਾਂ ਨੇ ਇੱਧਰ ਉੱਧਰ ਲਾਇਆ ਸੀ, ਇਹ ਸੋਚ ਕੇ ਵੀ ਜੇ ਕਿਸੇ ਬੰਦੇ ਨੂੰ ਮੁਸੀਬਤ ਪੈ ਜੇ ਤਾਂ ਉਹ ਭੱਜ ਕੇ ਸੁਨੇਹਾ ਦੇ ਸਕਦਾ। ਇੰਨੀ ਕੁ ਲੋੜ ਸਮਝ ਆਉਂਦੀ ਸੀ। ਪਹਿਲੀ ਗੱਲ ਤਾਂ ਇਹੀ ਹੈ ਕਿ ਜੋ ਸਾਡੇ ਕੋਲ ਸੰਦ ਹੈ ਇਹ ਬਿਨਾਂ ਮੰਗਿਆਂ ਮਿਲਿਆ ਅਤੇ ਬਹੁਤ ਬਿਹਤਰ ਰੂਪ 'ਚ ਹੈ। ਇੱਥੋਂ ਅਸੀਂ ਸੋਸ਼ਲ ਮੀਡੀਆ ਨੂੰ ਸਮਝਣਾ ਸ਼ੁਰੂ ਕਰੀਏ, ਜਿੰਨਾ ਕੁ ਮੈਨੂੰ ਸਮਝ ਪੈਂਦਾ। ਦੂਸਰਾ, ਜੇ ਅਸੀਂ ਇਹਨੂੰ ਕੋਈ ਮਾਧਿਅਮ ਸਮਝਦੇ ਹਾਂ ਫਿਰ ਇਹਨੂੰ ਸਮਝਣ ਦੇ ਵਿੱਚ ਖਰਾਬੀ ਹੈ। ਮਾਧਿਅਮ ਸ਼ਬਦ ਸਾਡੇ ਲਈ ਇੱਦਾਂ ਹੀ ਹੈ ਜਿੱਦਾਂ ਅਸੀਂ ਹੁਣ ਤਾਂ ਸਿੱਖਿਆ ਹਾਸਲ ਕਰਦੇ ਹਾਂ ਵੀ ਪੰਜਾਬੀ ਮਾਧਿਅਮ, ਹਿੰਦੀ ਮਾਧਿਅਮ, ਠੀਕ, ਕੰਮ ਛੋਟਾ ਹੋ ਜਾਂਦਾ। ਇਹਨੂੰ ਪੂਰੀ ਸਿੱਖਿਆ ਤੱਕ, ਇਹਨੂੰ ਅੱਗੇ ਪੂਰੀ ਜ਼ਿੰਦਗੀ ਤੱਕ ਜਿਹੜੀ ਉਹਦੇ 'ਚ ਬਣਤਰ ਹੈ ਸਾਰੀ ਉਹਦੀ, ਘੱਟੋ ਘੱਟ ਜਿੰਨੀ ਕੁ ਹੁਣ ਆਮ ਬੰਦੇ ਦੇ ਪੜ੍ਹਨ ਵਾਸਤੇ ਹਾਸਲ ਹੈ, ਉਸ ਹਿਸਾਬ ਨਾਲ ਇਹਨੂੰ ਸਾਨੂੰ ਮੀਡੀਅਮ ਨਹੀਂ ਕਹਿਣਾ ਚਾਹੀਦਾ, ਨਹੀਂ ਤਾਂ ਇਹਨੂੰ ਸਮਝਣ ਦੇ ਵਿੱਚ ਅਸੀਂ ਚੁੱਕ ਜਾਣਾ। ਇੱਕ ਹੋਰ ਕਿ ਜਿੰਨਾ ਵੀ ਜਿਵੇਂ ਹੁਣ ਆ ਸਿੱਖਿਆ ਅਧਾਰ ਹੈ ਸਾਡਾ, ਸਾਡਾ ਜਿਹੜਾ ਮਨੁੱਖਾਂ ਵਜੋਂ ਮਨੁੱਖ ਨੂੰ ਸਿਖਾਉਣ ਦਾ ਜਿਹੜਾ ਪ੍ਰਬੰਧ ਆ, ਜਿਹੜਾ ਤਰੀਕਾ ਹੈ, ਇਹ ਉਹਦੇ ਅਗਲਾ ਰੂਪ ਹੀ ਹੈ। ਬਹੁਤੇ ਅਸੀਂ ਇਹਨੂੰ ਇੱਦਾਂ ਹੀ ਜਾਣਦੇ ਹਾਂ।
ਤਾਂ ਉਹਦਾ ਇੱਕ ਪ੍ਰਸੰਗ ਇਹ ਦੇਖਣ ਵਾਲਾ ਕਿ ਜਦੋਂ ਜਿਹੜਾ ਬਿਲਕੁਲ ਪਰੰਪਰਾਗਤ ਤਰੀਕਾ ਸੀ ਉੱਥੇ ਸਿਖਲਾਈ ਦਾ ਮਾਪਦੰਡ ਕਿੱਥੋਂ ਸੀ ਕਿ ਕਿਹੜੇ ਸਾਧ ਦਾ ਚੇਲਾ ਕਿਹੜੇ ਉਸਤਾਦ ਨੇ ਚੰਡਿਆ ਤੈਨੂੰ ਕਿ ਇੱਕ ਖਾਸ ਹਸਤੀ ਦੇ ਗੁਣ ਤੋਂ ਸਿਖਲਾਈ ਹੋਣ ਨਾਲ ਬੰਦੇ ਦੀ ਪਛਾਣ ਹੁੰਦੀ ਸੀ ਉਦੋਂ ਅਗਲਾ ਪੜਾਅ ਸੀਗਾ ਕਿ ਕਿਹੜੇ ਅਦਾਰੇ ਦਾ ਆਕਸਫੋਰਡ ਤੋਂ ਪੜ੍ਹਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਿਆ ਥਾਪਰ ਤੋਂ ਪੜ੍ਹਿਆ ਇਹ ਦੂਜਾ ਹੁਣ ਤੀਜਾ ਸਾਡੇ ਕੁਛ ਚਿਰ ਤੋਂ ਚੱਲਦਾ ਪਿਆ ਜਿਹੜਾ CBSE ICSE IB ਇਹ ਪੈਟਰਨ ਹੈ ਹੁਣ ਅਸੀਂ ਇਹਨੂੰ ਚੌਥੀ ਥਾਂ ਰੱਖ ਕੇ ਦੇਖਦੇ ਹਾਂ ਵੀ ਲੋਕਾਂ ਤੋਂ ਸਿੱਖਣਾ ਜਾਂ ਇੱਕ ਸੰਦ ਤੋਂ ਸਿੱਖਣਾ ਜਾਂ ਮਸ਼ੀਨ ਤੋਂ ਸਿੱਖਣਾ ਤਾਂ ਅਸੀਂ ਇਹਦੀ ਇੱਕ ਇਹ ਤਰਤੀਬ ਬੰਨ ਲਈ ਹੈ ਇਹ ਤਰਤੀਬ ਵੀ ਸਾਡੇ ਸਿੱਖਣ ਦੇ ਪੁਰਾਣੇ ਤਰੀਕੇ ਦਾ ਹਿੱਸਾ ਹੈ ਜਿੱਥੋਂ ਸਾਡੀ ਇਹ ਅਜੋਕੀ ਸਿੱਖਿਆ ਸ਼ੁਰੂ ਹੋਈ ਸੀ ਜਿੰਨਾ ਕੁ ਮੈਨੂੰ ਪਤਾ ਲੱਗਿਆ ਕਿ ਜਿਹੜੇ ਉਹ ਪੁਰਾਣੇ ਬਸਤੀਵਾਦ ਵਾਲੇ ਬੰਦੇ ਸੀ ਉਹਨਾਂ ਕੋਲ ਜਿਹੜੇ ਸਾਰੇ ਆਪਣੇ ਦਫ਼ਤਰ ਦੇ ਬੰਦੇ ਫੌਜੀ ਹੁੰਦੇ ਸੀ ਉਹ ਐਂ ਆਏ ਹੁੰਦੇ ਵੀ ਫਲਾਣੇ ਨਵਾਬ ਨੇ ਭੇਜਤਾ ਚਿੱਠੀ ਦੇ ਕੇ ਉਹਨੇ ਭੇਜਤਾ ਜਦੋਂ ਦੂਰ ਪਾਰ ਰਾਜ ਹੋਏ ਤਾਂ ਉਹਨਾਂ ਨੂੰ ਔਖਾ ਹੋਇਆ ਤਾਂ ਉਹਨਾਂ ਨੇ ਬੰਦਿਆਂ ਦੀ ਛਾਨਣੀ ਲਾਉਣ ਵਾਸਤੇ ਉਹਨਾਂ ਦਾ ਇਮਤਿਹਾਨ ਲੈਣਾ ਸ਼ੁਰੂ ਕਰਤਾ ਜਿੱਥੋਂ ਅਜੋਕੀ ਸਿੱਖਿਆ ਦਾ ਮੁੱਢ ਵੱਜਿਆ ਪਰ ਸਾਡੇ ਜਿਹੜੀ ਇੱਥੇ ਆਈ ਹੈ ਸਾਡੇ ਸਾਰਿਆਂ ਸਾਹਮਣੇ ਕਿਵੇਂ ਹੈ ਜਿੰਨੇ ਇੱਥੇ ਬੱਚੇ ਬੈਠੇ ਨੇ ਸਾਰੇ ਪੜ੍ਹ ਕੇ ਅਸੀਂ ਨੌਕਰੀ ਦੇ ਯੋਗ ਹੋਣਾ ਮੈਂ ਨੌਕਰੀ ਨਹੀਂ ਕਰਦਾ ਤਾਂ ਮੈਨੂੰ ਸਭ ਤੋਂ ਔਖਾ ਉੱਤਰ ਹੀ ਲੱਗਦਾ ਦੇਣਾ ਵੀ ਕਰਦਾ ਕੀ ਹੈ PhD ਕਾਹਦੇ ਵਾਸਤੇ ਕੀਤੀ ਸੀ ਤਾਂ ਇਹ ਜਿਹੜੀਆਂ ਗੱਲਾਂ ਨੇ ਇਹ ਸਾਡੀ ਜੜ 'ਚ ਪਈਆਂ ਨੇ ਇਸ ਗੱਲ ਨੂੰ ਸਮਝਣ ਦੀ ਜਿਹਨੂੰ ਅਸੀਂ ਇਹ ਵਿਜਲ ਸੱਤ ਜਾਂ ਸੋਸ਼ਲ ਮੀਡੀਆ ਕਹਿੰਦੇ ਹਾਂ ਸਾਡੇ ਕੋਲ ਜਿਹੜਾ ਪਹਿਲਾਂ ਬਣੀਆਂ ਹੋਈਆਂ ਧਾਰਨਾਵਾਂ ਨੇ ਇਹ ਕਿਹੜੀ ਹੋਰ ਧਾਰਨਾਵਾਂ ਜਿਹੜੀ ਮੈਨੂੰ ਬਹੁਤ ਥਾਵਾਂ 'ਤੇ ਬਹੁਤ ਪੱਖਾਂ ਤੋਂ ਮਹਿਸੂਸ ਹੁੰਦੀ ਹੈ ਉਹ ਹੈ ਬਦਲਾਅ ਦੀ ਜਿੱਦਾਂ ਡਾਕਟਰ ਸੁਰਜੀਤ ਹੋਣਾ ਨੇ ਪਹਿਲਾਂ ਕਿਹਾ ਇੱਥੇ ਵੀ ਪਹਿਲਾਂ ਅਸੀਂ ਸਮਝਦੇ ਸੀ ਵੀ ਭਾਸ਼ਾਵਾਂ ਆਪੇ ਬਦਲਦੀਆਂ ਨੇ ਠੀਕ ਹੈ ਜਦੋਂ ਮੈਂ ਸਾਡੇ ਇੱਥੇ ਬੈਠੇ ਗੁਰੂਦੇਵ ਸਾਡੇ ਡਾਕਟਰ ਯੋਗਾ ਸਿੰਘ ਹੋਣੀ ਜਦੋਂ ਮੈਂ ਆਪਣੀ PhD ਕਰਨ ਲੱਗਿਆ ਤਾਂ ਮੈਂ ਉਦੋਂ ਦੇਖਿਆ ਸੀ ਕਿ ਜਿਹੜਾ ਬਦਲਾਅ ਦਾ ਖਿਆਲ ਹੈ ਉਹ ਇਕੱਲੀ ਭਾਸ਼ਾ 'ਤੇ ਨਹੀਂ ਸਾਰੇ ਕਿਤੇ ਜਿੱਥੇ ਵੀ ਪੜ੍ਹਾਇਆ ਜਾਂਦਾ ਉਹ ਬਿਲਕੁਲ ਉਵੇਂ ਦਾ ਹੈ ਜਿਵੇਂ ਦਾ ਇਹਨਾਂ ਨੇ ਬਰਾੜ ਸਾਹਿਬ ਉਹਨਾਂ ਨੇ ਕਿਹਾ ਵੀ ਜਦੋਂ ਕੋਈ ਸਰਕਾਰ ਚਾਹੁੰਦੀ ਹੈ ਤੁਹਾਨੂੰ ਆਗਿਆ ਦੇ ਦਿੰਦੀ ਹੈ ਬੋਲਣ ਦੀ ਜਦੋਂ ਨੁਕਸਾਨ ਹੁੰਦਾ ਉਦੋਂ ਬੰਦ ਕਰ ਦਿੰਦੀ ਹੈ ਵੀ ਬਦਲਾਅ ਜਿਹੜਾ ਕਿਸੇ ਹਕੂਮਤ ਨੂੰ ਰਾਸ ਆਉਂਦਾ ਉਹਨੂੰ ਤਾਂ ਹਵਾ ਦਿੰਦੀ ਹੈ ਜਿਹੜਾ ਰਾਸ ਨਹੀਂ ਆਉਂਦਾ ਉਹਦੇ ਫੁੰਝੇ ਪੱਟਦੀ ਹੈ ਠੀਕ ਇਹ ਸਾਰੇ ਕਿਤੇ ਸਾਰੇ ਥਾਵਾਂ 'ਤੇ ਥੋੜ੍ਹੇ ਮੋਟੇ ਫਰਕ ਨਾਲ ਇੱਦਾਂ ਹੀ ਚੱਲਦਾ ਜਿਹੜਾ ਹੁਣ ਅਸੀਂ ਕਹਿੰਦੇ ਹਾਂ ਕਿ ਇੱਥੇ ਇੱਕ ਦੱਸਿਆ ਉਹਨਾਂ ਨੇ 2012 'ਚ ਬੋਲਿਆ ਸੀ ਤੁਸੀਂ ਕਿਹਾ ਸੀ ਹਾਂ ਵੀ ਉਹਨਾਂ ਨੇ ਪਹਿਲਾਂ ਕਿਹਾ ਵੀ ਇਹ ਵਧੀਆ ਪਰ ਉਹਦੇ ਬਰਾਬਰ 'ਤੇ ਇੱਕ ਟਿੱਪਣੀ ਮੈਂ ਜਿਹੜੀ ਪੜ੍ਹੀ ਸੀ ਹਿਲੇਰੀ ਕਲਿੰਟਨ ਦੀ ਕਿਸੇ ਤਾਂ ਬੋਲੀ ਹੋਈ ਵੀ ਦੁਨੀਆ 'ਚ ਦੋ ਮੁੱਦੇ ਨੇ ਇੱਕ ਅੱਤਵਾਦ ਇੱਕ ਸੋਸ਼ਲ ਮੀਡੀਆ ਇਹ 12 ਜਾਂ 13 ਦੀ ਗੱਲ ਹੈ ਤਾਂ ਉਦੋਂ ਕੀ ਸਾਡੇ ਲੋਕਾਂ ਨੂੰ ਲੱਗਿਆ ਉਤਸ਼ਾਹ ਕਿ ਸਾਡੇ ਕੋਲ ਹੁਣ ਸੰਦ ਆ ਗਿਆ ਜਾਂ ਸਾਡੇ ਕੋਲ ਹੁਣ ਰਾਹ ਆ ਗਿਆ ਜਿਹਦੇ ਨਾਲ ਅਸੀਂ ਵਪਾਰੀਆਂ ਦਾ ਸਰਕਾਰਾਂ ਦਾ ਮੁਕਾਬਲਾ ਕਰ ਸਕਦੇ ਹਾਂ ਅਤੇ ਹਜੇ ਵੀ ਇੱਥੇ ਸਾਨੂੰ ਲੱਗਦਾ ਵੀ ਵਿੱਚ ਵਿਚਾਲੇ ਰੱਖ ਲਓ ਵੀ ਥੋੜ੍ਹਾ ਜਿਹਾ ਸਾਡਾ ਹੱਥ ਹੈਗਾ ਇਹਦੀ ਪੂਛ ਨੂੰ ਅਤੇ ਸਿੰਘ ਸਰਕਾਰ ਕੋਲ ਨੇ ਇਹਦੇ ਜਾਂ ਵਪਾਰੀਆਂ ਕੋਲ ਨੇ ਇੱਦਾਂ ਹਜੇ ਸਾਡੇ ਬੰਦਿਆਂ ਨੂੰ ਲੱਗਦਾ ਇਸੇ ਕਰਕੇ ਆ ਕਿ ਸਮਝਣ ਦਾ ਜਿਹੜਾ ਤਰੀਕਾ ਅਸੀਂ ਵਰਤਦੇ ਹਾਂ ਉਹ ਸਾਡਾ ਪਹਿਲਾਂ ਪੜ੍ਹੇ ਹੋਏ ਤਰੀਕੇ ਦਾ ਹਿੱਸਾ ਹੀ ਹੈ ਅਸੀਂ ਇਸ ਚੀਜ਼ ਦੇ ਬਦਲਾਅ ਨੂੰ ਇੱਕ ਲੜੀਵਾਰ ਵਿਕਾਸ ਦੇ ਵਿੱਚ ਦੇਖਦੇ ਹਾਂ ਥੋੜ੍ਹਾ ਇਹਨੂੰ ਹਟ ਕੇ ਜਿਹੜੀ ਮੇਰੀ ਇੱਛਾ ਹੈ ਜਿੰਨਾ ਕੁ ਮੈਨੂੰ ਸਮਝ ਪਿਆ ਉਹ ਮੈਂ ਇਹਦੇ ਨਾਲ ਤੁਹਾਡੀ ਗੱਲ ਕਰਦੇ ਹਾਂ ਕਿ ਜਦੋਂ 16 'ਚ ਇੱਕ ਰੌਲਾ ਪਿਆ ਕੈਂਬਰਿਜ ਐਨਲਿਟਿਕਾ ਵਾਲਾ ਉੱਥੋਂ ਮੈਨੂੰ ਦਿਲਚਸਪੀ ਹੋਈ ਇਹਦੇ 'ਚ ਕਿ ਹੈ ਪਲਾਂਕੀ ਤਾਂ ਉਦੋਂ ਇੱਕ ਬੰਦੇ ਨੇ ਇੱਕ ਕਿਤਾਬ ਲਿਖੀ ਕਿ ਅਸੀਂ ਹੁਣ ਉਹਦਾ ਨਾਂ ਤਾਂ ਅੰਗਰੇਜ਼ੀ ਕਹਿੰਦਾ ਪੋਸਟ ਟਰੁੱਥ ਜੇ ਪੰਜਾਬੀ ਮੈਂ ਜਿਹੜੀ ਕਰਦਾ ਵੀ ਸੱਚਹੀਣ ਯੁੱਗ ਤਾਂ ਜਦੋਂ ਅਸੀਂ ਇੱਥੇ ਵੜਦੇ ਹਾਂ ਇਸ ਖੇਡੇ 'ਚ ਤਾਂ ਇਹਦਾ ਪਹਿਲਾ ਇਹ ਲੱਛਣ ਸਾਡੇ ਉੱਤੇ ਲਾਗੂ ਹੁੰਦਾ ਹੈ ਕਿ ਜਿਉਂ ਜਿਉਂ ਬੰਦਾ ਇਹਦੇ ਵਿੱਚ ਜੁੜਦਾ ਕਿਸੇ ਵੀ ਤਰੀਕੇ ਜੁੜਦਾ ਚਾਹੇ ਉਹ ਸ਼ਿਕਾਰੀ ਹੈ ਅਤੇ ਚਾਹੇ ਉਹ ਸ਼ਿਕਾਰ ਹੈ ਸੱਚ ਝੂਠ ਵਿੱਚ ਜਿਹੜਾ ਫਾਸਲਾ ਪਹਿਲਾਂ ਸਾਡੀ ਪਰੰਪਰਾ 'ਚ ਹੈ ਉਹ ਬੰਦੇ ਅੰਦਰ ਉਵੇਂ ਨਹੀਂ ਰਹਿੰਦਾ
ਇਹ ਸਾਡੇ ਸਾਹਮਣੇ ਇਕੱਲੇ ਇੱਥੇ ਨਹੀਂ ਸਿੱਖਾਂ ਦੇ ਜਾਂ ਪੰਜਾਬ ਦੇ ਜਾਂ ਯੂਨੀਵਰਸਿਟੀ ਦੇ ਸਾਰੀ ਮਨੁੱਖਤਾ ਸਾਹਮਣੇ ਇਹ ਸਵਾਲ ਹੈ ਕਿ ਹੁਣ ਤੱਕ ਸਦੀਆਂ ਤੋਂ ਬੰਦੇ ਨੇ ਜਿਹੜਾ ਉੱਥੇ ਬੀ ਸੀ ਸਾਹਿਬ ਕਹੇ ਗੁਣ ਸਿੱਖੇ ਬੰਦੇ ਨੇ ਜਿਹੜੇ ਉਹ ਗੁਣ ਨੇ ਉਹ ਗੁਣਾਂ ਦੀ ਹਰ ਕੋਲ ਭਾਵੇਂ ਆਪਣੀ ਆਪਣੀ ਵਿਆਖਿਆ ਹੈ ਪਰ ਇਹ ਹਰ ਕੋਲ ਹੈ ਕਿ ਇੱਕ ਸੱਚ ਹੁੰਦਾ ਇੱਕ ਝੂਠ ਹੁੰਦਾ। ਹੁਣ ਜਦੋਂ ਅਸੀਂ ਇਹ ਵਰਤਾਰੇ ਦਾ ਹਿੱਸਾ ਬਣਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਇਹਦੇ ਤੋਂ ਬੰਦਾ ਬੇਲਾਗ ਹੁੰਦਾ। ਸਿਰਫ ਸੂਚਨਾ ਹੀ ਮਾਨਾ ਰੱਖਦੀ ਹੈ। ਤੁਸੀਂ ਕਿਸੇ ਨੂੰ ਵੀ ਕਿਸੇ ਵੀ ਮੁੱਦੇ ਬਾਰੇ ਕਿਸੇ ਵੀ ਥਾਂ ਬਾਰੇ ਕੋਈ ਸੱਚ ਸੁਣਾ ਦਿਓ ਪਰ ਹਾਂ ਪਤਾ ਹੀ ਹੈ। ਕਿਸੇ ਨੂੰ ਵੀ ਸੱਚਾਈ ਪ੍ਰਭਾਵਿਤ ਨਹੀਂ ਕਰਦੀ, ਕਿਸੇ ਦਾ ਸੱਚ ਸੁਣ ਕੇ ਖੂਨ ਨਹੀਂ ਖੌਲਦਾ। ਮਤਲਬ ਜਿਹੜੇ ਬੰਦੇ ਸਿੱਖ ਕਹਾਉਂਦੇ ਆ, ਮੈਂ ਸਾਰਿਆਂ ਬਾਰੇ ਇੱਕ ਗੱਲ ਕਹਿੰਦਾ ਕਿ ਉਹਨਾਂ ਲਈ ਸਭ ਤੋਂ ਵੱਡਾ ਗੁਰੂ ਗ੍ਰੰਥ ਸਾਹਿਬ ਹੈ, ਉਹਦੀ ਬੇਅਦਬੀ ਦੀਆਂ ਵੀਡੀਓ ਲੋਕ ਗਾਂਹ ਪਾਈ ਜਾਂਦੇ ਰਹਿੰਦੇ ਨੇ। ਇਹਦਾ ਕੀ ਮਤਲਬ? ਅੰਦਰ ਇਹ ਗੱਲ ਦਾ ਮਾਨਾ ਮਰ ਗਿਆ ਕਿ ਚੰਗੇ ਮਾੜੇ 'ਚ ਵੀ ਕੋਈ ਫਰਕ ਹੁੰਦਾ। ਇਹ ਅਗਲਾ ਪੜਾਅ ਹੈ। ਬੰਦੇ ਦਾ ਦੁਨੀਆਂ 'ਚ ਕਿਤੇ ਵੀ ਬੰਦੇ ਹੋਣ ਦੇ ਦੋ ਬੁਨਿਆਦੀ ਪੈਮਾਨੇ ਨੇ ਕਿ ਉਹਦੇ ਲਈ ਸੱਚ ਝੂਠ ਕੀ ਹੈ ਦਾਰਸ਼ਨਿਕ ਰੂਪ ਦੇ ਜਾਂ ਧਰਮ ਦੇ ਵਜੋਂ, ਦੂਜਾ ਹੈ ਉਹਦੇ ਲਈ ਚੰਗੇ ਮਾੜੇ ਦਾ ਫਰਕ ਕੀ ਹੈ। ਚੰਗੇ ਮਾੜੇ ਦਾ ਫਰਕ ਕਿੱਥੇ ਆਇਆ ਹੋਇਆ? ਪਸੰਦ ਨਾ ਪਸੰਦ ਦੇ ਉੱਤੇ। ਇਹ ਸਭ ਤੋਂ ਬੁਨਿਆਦੀ ਲੱਛਣ ਇਸ ਗੱਲ ਦਾ। ਜਿਹੜਾ ਬੰਦਾ ਵੀ ਹਾਜ਼ਰ ਹੈ ਇਹਦੇ 'ਚ, ਉਹਨੂੰ ਸੱਚ ਝੂਠ ਨਾਲ, ਚੰਗੇ ਮਾੜੇ ਦੇ ਵਿਚਾਰ ਨਾਲ ਉਹਦਾ ਲਗਾਅ ਘੱਟਦਾ, ਉਹਨੂੰ ਪਸੰਦ ਨਾ ਪਸੰਦ ਦਾ ਅਹਿਸਾਸ ਵੱਧਦਾ। ਪਸੰਦ ਨਾ ਪਸੰਦ ਬੰਦੇ ਦੀ ਭਾਵਨਕ ਬਿਰਤੀ ਹੈ। ਇਹ ਜਾਨਵਰ ਦੇ ਪੱਧਰ ਦਾ ਵਰਤਾਰ ਹੈ। ਜਦੋਂ ਅਸੀਂ ਆਪਦੇ ਆਪ ਨੂੰ ਬੰਦਾ ਰੱਖਦੇ ਹਾਂ ਤਾਂ ਬੰਦੇ ਦਾ ਬੰਦਾ ਹੋਣ ਦਾ ਜਿਹੜਾ ਪੜਾਅ ਹੈ ਉਹਦੇ ਵਿਚਾਰਵਾਨ ਜਾਂ ਦਲੀਲਵਾਨ ਹੋਣ ਤੋਂ ਮੰਨਿਆ ਜਾਂਦਾ। ਜਿਹੜੇ ਨਾਸਤਿਕ ਨੇ ਉਹ ਵੀ ਗੱਲ ਤਾਂ ਮੰਨਦੇ ਹੀ ਨਹੀਂ ਨਾ ਵੀ ਬੰਦੇ ਦੀ ਦੁਨੀਆ ਦਲੀਲ ਦੀ ਦੁਨੀਆ ਹੈ। ਤਾਂ ਜਿਹੜਾ ਇੱਥੇ ਵਾਪਰਦਾ ਅਸੀਂ ਆਪਦੇ ਆਪ ਦੇ ਤਜਰਬਾ ਕਰਕੇ ਦੇਖ ਸਕਦੇ ਹਾਂ ਕਿ ਅਸੀਂ ਜਦੋਂ ਕੋਈ ਚੀਜ਼ ਦੇਖ ਰਹੇ ਹਾਂ ਤਾਂ ਉੱਥੇ ਸਾਨੂੰ ਕਿਹੜੀ ਚੀਜ਼ ਸੁਣਨੀ ਚਾਹੁੰਦੇ ਹਾਂ ਅਸੀਂ, ਜਿਹੜੀ ਦੇਖਣ ਨੂੰ ਸੋਹਣੀ ਲੱਗਦੀ ਹੈ, ਜਿਹੜੀ ਮਨ ਨੂੰ ਪਸੰਦ ਆਉਂਦੀ ਹੈ। ਤਾਂ ਹੁਣ ਇਹ ਜਿਹੜਾ ਪੱਖ ਹੈ ਪਸੰਦ ਵਾਲਾ, ਇਹਦੇ 'ਚ ਤਾਂ ਦੋ ਚੀਜ਼ਾਂ ਹੋਰ ਨੇ ਇਹਦੇ 'ਚ ਕਿ ਮਨੁੱਖ ਦੇ ਜਿੰਨੇ ਇੰਦਰੇ ਨੇ ਇਹਦੇ 'ਚੋਂ ਇੱਕ ਅੱਖਾਂ ਇੱਕ ਕੰਨ, ਦੋ ਅਸੀਂ ਸਭ ਤੋਂ ਵੱਧ ਵਰਤਦੇ ਹਾਂ। ਕੰਨ ਤਾਂ ਸੁੱਤੇ ਪਏ ਵੀ ਵਰਤਦੇ ਹਾਂ ਆਪਾਂ। ਤਾਂ ਜਿਹੜੀ ਤਕਨੀਕ ਨਾਲ ਸਾਡੇ ਹੱਥ ਸੰਦ ਆਇਆ, ਇਹ ਸਾਡੀ ਜਿਹੜੀ ਆਮ ਸਮਰੱਥਾ ਹੈ, ਮੰਨ ਲਓ ਇੱਥੇ ਕੋਈ ਗਾਉਣਾ ਲੱਗਿਆ ਅਸੀਂ ਸਾਹਮਣੇ ਬੈਠ ਕੇ ਸੁਣਦੇ ਹਾਂ, ਤੁਸੀਂ ਦੇਖਿਓ ਤੁਹਾਨੂੰ ਉਹਦਾ ਸ਼ੋਰ ਮਹਿਸੂਸ ਹੁੰਦਾ, ਉਹਦੀ ਗੂੰਜ ਕੰਨਾਂ 'ਚ ਪੈਂਦੀ ਹੈ। ਪਰ ਜਦੋਂ ਤੁਸੀਂ ਇਹਦੇ ਰਾਹੀਂ ਭਰਿਆ ਹੋਇਆ ਸੁਣਦੇ ਹੋ ਤਾਂ ਉਹ ਸੁਣਨਾ ਜ਼ਿਆਦਾ ਬਿਹਤਰ ਹੈ, ਜਿਹੜੇ ਰਿਕਾਰਡਡ ਆ ਜਿਹੜਾ ਉਹ ਜ਼ਿਆਦਾ ਬਿਹਤਰ ਹੈ। ਤਾਂ ਤਕਨੀਕ ਨੇ ਸਾਹਮਣੇ ਗਾਉਂਦੇ ਹੋਏ ਮਨੁੱਖ ਦੀ ਜਿਹੜੀ ਹਸਤੀ ਹੈ ਉਹਦਾ ਫਰਕ ਲੈ ਆਉਂਦਾ। ਇਦੋਂ ਵੀ ਅੱਗੇ ਜਿੰਨਾ ਮਨੁੱਖ ਦੀ ਅੱਖ ਵੇਖ ਸਕਦੀ ਹੈ ਉਹਦੇ ਨਾਲੋਂ ਕਈ ਸੈਂਕੜੇ ਗੁਣਾ ਵੱਧ ਬਿਹਤਰ ਚੀਜ਼ ਤੁਸੀਂ ਸਿੱਧੇ ਦੇ ਵੇਖ ਸਕਦੇ ਹੋ। ਇਹਦੇ ਕਰਕੇ ਸਾਡਾ ਵੇਖਣ ਅਤੇ ਸੁਣਨਾ ਜਿਹੜਾ ਉਹ ਹਜ਼ਾਰਾਂ ਸਾਲ ਪਹਿਲਾਂ ਦਾ ਸੀ, ਜਿੰਨੀ ਸਾਡੀ ਆਪਣੇ ਆਪ 'ਤੇ ਮਾਣ ਸੀ ਜਾਂ ਜਿਹੜਾ ਮਨੁੱਖ ਦਾ ਕੁਦਰਤੀਪਣ ਸੀਗਾ, ਉਹਦੇ 'ਚ ਵੱਡਾ ਬਦਲਾਅ ਹੈ। ਉਹਦੇ ਰਾਹੀਂ ਅਸੀਂ ਪਸੰਦ ਨਾ ਪਸੰਦ ਦੀ ਪੱਧਰ 'ਤੇ ਉਤਰਦੇ ਹਾਂ। ਇਹ ਠੀਕ ਹੈ ਕਿ ਜਿਹੜੀ ਸਾਨੂੰ ਸੂਚਨਾ ਮਿਲਦੀ ਹੈ ਕਿ ਹਾਂ ਬੰਦਿਆਂ ਨੇ ਉਹ ਠੁੰਗਾ ਮਾਰ ਕੇ ਐਲਗੋ ਕਰ ਲਈ ਜਾਂ ਜੋ ਵੀ ਕਰ ਲਿਆ ਉਹ ਕਰਦੇ ਨੇ ਸਾਨੂੰ ਪਤਾ, ਪਰ ਸਾਡੇ ਆਪਣੇ ਪੱਧਰ ਤੋਂ ਸਾਡੀ ਇਹ ਚੀਜ਼ ਬਾਰੇ ਜਿੰਨੀ ਕੁ ਸਮਝ ਹੈ ਵੀ ਇਹ ਸੱਪ ਹੈ ਜਿਹੜਾ ਸਿਰਫ ਘਿਸਰਦਾ, ਕਿ ਇਹ ਜਾਨਵਰ ਹੈ ਜਿਹੜਾ ਦੌੜਦਾ, ਕਿ ਇਹ ਪੰਛੀ ਹੈ, ਇਹ ਅਸੀਂ ਇਹਨੂੰ ਕਿਸ ਵਿੱਚ ਸਮਝਦੇ ਹਾਂ ਉਸ ਵਿੱਚ ਅਸੀਂ ਇਹਨੂੰ ਵਰਤਾਂਗੇ। ਹਾਲੇ ਦੁਨੀਆ ਦਾ ਬਹੁਤ ਵੱਡਾ ਹਿੱਸਾ ਇਹਨੂੰ ਸਿਰਫ ਮਨੋਰੰਜਨ ਜਾਣਦਾ, ਵੀ ਜੀ ਲੱਗ ਜਾਂਦਾ, ਵੇਲਾ ਪਾਸ ਹੋ ਜਾਂਦਾ, ਪਰ ਸਾਰੇ ਇਹਦੇ 'ਤੇ ਇੰਨਾ ਵੇਲਾ ਪਾਸ ਕਰਦੇ ਹੈ ਜਿਵੇਂ ਪੰਜਾਬ 'ਚ ਇੱਕ ਵਾਰੀ ਗੋਲੀਆਂ ਦਾ ਦੌਰ ਚੱਲਿਆ ਸੀ ਮਾਲਵੇ ਵਾਲੇ ਪਾਸੇ ਗਿਆਨੀ ਜੈਲ ਸਿੰਘ ਦੇ ਵੇਲਿਆਂ 'ਚ, ਤਾਂ ਉਹ ਕਹਿੰਦੇ ਹੁੰਦੇ ਸੀ ਵੀ ਜਿਹੜਾ ਬੰਦਾ ਗੋਲੀਆਂ ਖਾਂਦਾ ਉਹਦੀ ਪਹਿਲੀ ਪਛਾਣ ਇਹ ਹੈ ਵੀ ਉਹਨੂੰ ਪੁੱਛੇ ਗੋਲੀਆਂ ਖਾਣਾ ਨਹੀਂ, ਢਾਂਡੀ ਦੀ ਸੌਂ ਮੈਂ ਨਹੀਂ ਖਾਂਦਾ। ਅਤੇ ਹੁਣ ਜਿਹੜੇ ਬੰਦੇ ਨੂੰ ਵਰਤਦੇ ਆ ਉਹਨੂੰ ਪੁੱਛ ਲੈ, ਨਹੀਂ ਨਹੀਂ ਭਾਅ ਜੀ ਆਪਾਂ ਕਦੇ ਕਦੇ ਵੇਖਦੇ ਹਾਂ, ਕੰਮ ਦਾ ਵੇਖਦੇ ਹਾਂ। ਇਹ ਦੋ ਵਾਕ ਹਰ ਉਸ ਅਮਲੀ ਦੇ ਨੇ ਜਿਹੜਾ ਇਸ ਹਿੱਸੇ ਨੂੰ ਵੇਖਦਾ।
ਅਤੇ ਇੱਕ ਸਾਡੇ ਹੋਰ ਧਾਰਨਾ ਮੈਂ ਦੇਖਦਾ ਜਿੰਨੀ ਇੱਥੇ ਗੱਲ ਹੋਈ ਹੈ ਅਤੇ ਜਿੰਨੇ ਲੋਕਾਂ ਨੂੰ ਮੈਂ ਸੁਣਦਾ ਉਹਨਾਂ ਨੂੰ ਲੱਗਦਾ ਸੋਸ਼ਲ ਮੀਡੀਆ ਮੈਨੇ 6 ਐਪਲੀਕੇਸ਼ਨ ਯੂਟਿਊਬ 'ਤੇ ਫੇਸਬੁੱਕ ਟਵਿੱਟਰ 'ਤੇ ਸਨੈਪਚੈਟ ਕਲੱਬ ਹਾਊਸ 'ਤੇ ਟਿਕਟੈਕ ਨਹੀਂ ਉਹ ਤਾਂ ਐਡਾ ਵੱਡਾ ਖਲਾਰਾ ਹੈ ਅਸੀਂ ਹੋਰ ਨਵਾਂ ਆ ਗਿਆ ਗਾਂਹ ਜਾਂਦੇ ਹਾਂ ਉਹ ਟੈਗੋਰ ਦੀ ਕਹਾਣੀ ਹੈ ਸ਼ਾਇਦ ਟਾਲਸਟਾਏ ਦੀ ਕਿ ਬੰਦੇ ਨੂੰ ਕਿੰਨੀ ਜ਼ਮੀਨ ਚਾਹੀਦੀ ਵੀ ਉਹ ਭੱਜ ਭੱਜ ਕੇ ਹੰਭ ਜਾਂਦਾ ਅਤੇ ਜਿਹੜਾ ਇੱਥੇ ਕਿ ਆਹ ਜਿਹੜੀ ਫਲਾਨੀ ਐਪ ਇਹ ਬਹੁਤ ਕੰਮ ਦੀ ਹੈ ਜੀ ਵੀ ਐਡੈਕਸ ਵਾਲੇ ਔਨਲਾਈਨ ਪੜ੍ਹਾਉਂਦੇ ਆ ਬੰਦੇ ਨੂੰ ਸਪੋਰਟ ਦੀਆਂ ਡਿਗਰੀਆਂ MIT ਦੀਆਂ ਡਿਗਰੀਆਂ ਠੀਕ ਇੱਕ ਪੱਖ ਤੋਂ ਸਾਨੂੰ ਦੇਖਣ ਨੂੰ ਚੰਗਾ ਲੱਗਦਾ ਵੀ ਆਹਦਾ ਆਹ ਫਾਇਦਾ ਹੈ ਜਿਹੜਾ ਇੱਦਾਂ ਫਾਇਦਾ ਗਣਾਉਂਦਾ ਇਹ ਬੰਦਾ ਗਣਾਉਂਦਾ ਜਿਹਨੇ ਵੇਚਣੀ ਹੁੰਦੀ ਹੈ ਜਦੋਂ ਅਸੀਂ ਇੱਥੇ ਖੜ੍ਹ ਕੇ ਇੱਕ ਜੁੰਮਾ ਲੈ ਲਿਆ ਕਿ ਜੋ ਸੱਚ ਦਾ ਅਹਿਸਾਸ ਮੈਨੂੰ ਜਿੰਨਾ ਹੈ ਮੈਂ ਉਹ ਦੱਸਣਾ ਹੈ ਤਾਂ ਭਾਈ ਟੋਟਿਆਂ 'ਚ ਫਾਇਦਾ ਨਹੀਂ ਹੋ ਸਕਦਾ ਜਿੰਨੀ ਮੈਨੂੰ ਸਮਝ ਆ ਮੈਂ ਕੁੱਲ ਦੀ ਗੱਲ ਕਰਾਂ ਵੀ ਕੁੱਲ ਮਿਲਾ ਕੇ ਕੀ ਨਿਕਲਦਾ ਸਾਨੂੰ ਸਭ ਨੂੰ ਇੰਨਾ ਕੁ ਅੰਦਾਜ਼ਾ ਹੋ ਗਿਆ ਵੀ ਬੰਦੇ ਨੂੰ ਇਹਦੇ ਲਾਈ ਰੱਖਦੇ ਨੇ ਠੀਕ ਪਰ ਇਹ ਤਾਂ ਇੱਕ ਹਿੱਸਾ ਹੈ ਲੱਗੇ ਤਾਂ ਲੋਕ ਤਾਸ਼ 'ਤੇ ਵੀ ਰਹਿੰਦੇ ਸੀਗੇ ਲੱਗੇ ਤਾਂ ਲੋਕ ਸੱਟੇ 'ਤੇ ਵੀ ਰਹਿੰਦੇ ਨੇ ਉਹਦੀ ਕਹਾਣੀ ਆ ਮੁਨਸ਼ੀ ਪ੍ਰੇਮ ਚੰਦ ਦੀ ਵੀ ਉਹ ਇੱਕ ਵਜ਼ੀਰ ਅਤੇ ਜਰਨੈਲ ਸ਼ਤਰੰਜ ਖੇਡੀ ਜਾਂਦੇ ਨੇ ਫੌਜਾਂ ਆਉਂਦੀਆਂ ਨੇ ਹਮਲਾ ਕਰਦੀਆਂ ਨੇ ਆਪਦੇ ਨੂੰ ਨਿਬੇੜ ਦਿੰਦੀਆਂ ਨੇ ਪਰ ਉਹ ਦੋਨੇ ਸ਼ਤਰੰਜ ਖੇਡਣੋਂ ਨਹੀਂ ਹਟਦੇ ਉਹ ਵੀ ਲੱਗੇ ਹੋਏ ਸੀ ਲੱਗੇ ਹੋਣ ਦਾ ਮਨ ਆ ਪਹਿਲਾਂ ਵਰਗਾ ਨਹੀਂ ਹੈ ਬੰਦਾ ਉਹਦੇ ਤੋਂ ਕੁਝ ਵੇਖ ਨਹੀਂ ਰਿਹਾ ਕੁਝ ਸਿੱਖ ਨਹੀਂ ਰਿਹਾ ਬੰਦੇ ਤੋਂ ਕੁਝ ਅੰਦਰ ਜਾ ਰਿਹਾ ਬੰਦਾ ਮੈਂ ਇੱਕ ਥੋੜ੍ਹੀ ਵੱਖਰੀ ਦੱਸਦਾ ਇਹ ਗੱਲ ਕਿ ਸਾਡਾ ਜਿਹੜਾ ਕੁੱਲ ਸਮਾਂ ਹੈ ਮਨੁੱਖ ਦਾ ਇਕਾਗਰ ਰਹਿਣ ਦਾ ਉਹ ਅੱਧੀ ਘੜੀ ਹੁੰਦਾ ਜਿਹੜੀ ਕਬੀਰ ਸਾਹਿਬ ਕਹਿੰਦੇ ਆ 6-7 ਮਿੰਟ ਦਾ ਕੋਈ ਜ਼ਿਆਦਾ ਸਿਆਣਾ ਤਾਂ ਉਹ ਅੱਧੀ ਘੜੀ ਹੋ ਜੂਗਾ ਜੀ 12-15 ਮਿੰਟ ਤਾਂ ਇੰਨੇ ਹੀ ਮਿੰਟਾਂ 'ਚ ਅਸੀਂ ਵਹਿੰਦਿਆਂ ਹੈਂਗ ਹੋ ਜਾਂਦੇ ਹਾਂ ਉਦੋਂ ਬਾਅਦ ਜੋ ਉਹਦੇ 'ਤੇ ਵਾਪਰਦਾ ਉਹ ਸੀਸੇ 'ਤੇ ਨਹੀਂ ਵਾਪਰਦਾ ਉਹ ਸਾਡੇ ਅੰਦਰ ਵਾਪਰਦਾ ਔਰ ਇਸ ਕਰਕੇ ਵੀ ਇਕੱਲਾ ਇਹ ਨਹੀਂ ਕਿ ਬੰਦਾ ਉਹਦੇ ਨਾਲ ਅੰਗੇਜ ਹੋ ਗਿਆ ਜਾਂ ਬੰਦਾ ਉਹਦਾ ਆਦੀ ਹੋ ਗਿਆ ਐਂ ਨਹੀਂ ਕਿ ਬੰਦਾ ਉਹਦੀ ਰੂੜੀ ਬਣ ਗਿਆ ਉਦੋਂ ਗਾਂਹ ਜਾਂਦਾ ਜਿਹੜੀ ਉਹ ਗੱਲ ਕਹਿੰਦਾ ਸੋਸ਼ਲ ਡਾਇਲਮਾ ਦੇ ਵਿੱਚ ਕਿ ਫਿਰ ਲੋਕ ਪਹਿਲਾਂ ਉੱਥੋਂ ਆਪ ਸਹਿਮਤ ਹੁੰਦੇ ਆ ਫਿਰ ਦੂਜੇ ਨੂੰ ਸਹਿਮਤ ਕਰਨ ਲੱਗਦੇ ਆ ਜਿਹੜੀ ਗੱਲ ਅਸੀਂ ਪਹਿਲਾਂ ਪੜ੍ਹਦੇ ਸੀ ਵੀ ਪ੍ਰਾਪੇ ਕੰਡੇ ਦਾ ਅਸੂਲ ਇਹ ਹੈ ਕਿ ਬੰਦਾ ਦੂਜੇ ਨੂੰ ਮਾਰਨ ਨਹੀਂ ਜਾਂਦਾ ਅਤੇ ਇਹ ਮੰਨਿਆ ਗਿਆ ਸੀ ਕਿ ਜਿਹੜੇ ਦੂਜੀ ਦੁਨੀਆ ਦੇ ਮੁਲਕ ਨੇ ਉਹਨਾਂ ਨੇ ਤੀਜੀ ਦੁਨੀਆ ਨੂੰ ਪ੍ਰਾਪੇ ਕੰਡੇ ਸਾਹਿਤ ਸਮਾਜਵਾਦ ਸਿਖਾਇਆ ਇਸ ਕਰਕੇ ਉਹ ਸਾਰਾ ਪੁੱਠਾ ਪੈ ਗਿਆ ਉਹਨਾਂ ਸਮਾਜਾਂ ਨੂੰ ਵੀ ਜਿਹਨਾਂ ਨੂੰ ਸਿਖਾਇਆ ਸੀਗਾ ਅਤੇ ਜਿਨ੍ਹਾਂ ਨੇ ਸਿਖਾਇਆ ਸੀ ਉਹਨਾਂ ਨੂੰ ਵੀ ਠੀਕ ਤਾਂ ਇਹ ਹੁਣ ਤੀਜਾ ਪੜਾਅ ਇਹ ਪੜਾਅ ਹੈ ਇਹ ਹੁਣ ਇਸ ਤਰੀਕੇ ਸਿਖਾਇਆ ਜਾ ਰਿਹਾ ਕਿ ਪੁੱਠਾ ਨਹੀਂ ਪੈਂਦਾ ਹੈ ਕਿਉਂਕਿ ਅਸੀਂ ਉਹਨੂੰ ਮਨੋਰੰਜਨ ਦੇ ਤਰੀਕੇ ਨਾਲ ਸਿੱਖਣ ਲੱਗ ਗਏ ਨੇ ਜਿਹੜੀ ਗੱਲ ਗੁਰਮੁਖ ਸਿੰਘ ਹੋਣਾ ਨੇ ਕਹੀ ਹੈ ਇੱਥੇ ਕਿ ਜ਼ੁਲਮ ਦੇ ਖਿਲਾਫ ਤਾਂ ਬੰਦਾ ਬੋਲ ਲੈਂਦਾ ਤਾਂ ਸਦੀਆਂ 'ਚ ਜਿਹੜਾ ਰੋਮ ਦੇ ਵਿੱਚ ਉਹ ਬਣਾਇਆ ਸੀ ਉਹਨਾਂ ਨੇ ਕੋਲੀਜੀਅਮ ਉਹਦੇ ਤੋਂ ਲੈ ਕੇ ਹੀ ਇਹ ਸਾਰਾ ਵਰਤਾਰਾ ਹੈ ਕਿ ਮਨੋਰੰਜਨ ਹੀ ਮਨੁੱਖਤਾ ਨੂੰ ਕਾਬੂ ਰੱਖਣ ਦਾ ਸਭ ਤੋਂ ਵਧੀਆ ਰਾਹ ਹੈ ਅਤੇ ਇਹ ਕੋਲੀਜੀਅਮ ਹੀ ਹੈ ਜਿਹੜਾ ਸਾਡੀ ਜੇਬ 'ਚ ਹੈ ਇੱਥੇ ਸਦਾ ਅਖਾੜਾ ਚੱਲਦਾ ਰਹਿੰਦਾ ਮੱਲਾਂ ਦਾ ਵੀ ਗਾਉਣ ਵਾਲਿਆਂ ਦਾ ਵੀ ਸ਼ਤਰੰਜ ਵਾਲਿਆਂ ਦਾ ਸਾਰੇ ਭਾਂਤ ਦਾ ਇਹਦੇ 'ਚ ਅਗਲਾ ਕਿ ਜੇ ਅਸੀਂ ਪਿਛਲੀ ਜ਼ਿੰਦਗੀ ਨੂੰ ਮੁੱਖ ਰੱਖ ਕੇ ਦੇਖਦੇ ਹਾਂ ਤਾਂ ਦੋ ਜਿਹੜੇ ਬਦਲਾਅ ਹੋ ਸਾਡੇ ਸਾਹਮਣੇ ਨੇ ਪਹਿਲਾ ਇਹ ਕਿ ਜਦੋਂ ਤੋਂ ਮਨੁੱਖਤਾ ਸ਼ੁਰੂ ਹੋਈ ਹੈ ਹਰ ਸਮਾਜ ਦੇ ਵਿੱਚ ਇੱਕ ਕੋਈ ਥਾਂ ਕੇਂਦਰੀ ਸੀ ਕਿਸੇ ਲਈ ਘਰ ਕੇਂਦਰੀ ਸੀ ਕਿਸੇ ਲਈ ਮੰਦਰ ਕੇਂਦਰੀ ਸੀ ਕਿਸੇ ਲਈ ਖੇਡ ਮੈਦਾਨ ਕੇਂਦਰੀ ਸੀ ਕਿਸੇ ਥਾਂ ਖੇਤ ਕੇਂਦਰੀ ਸੀ ਅਸੀਂ ਪੜ੍ਹਦੇ ਵੀ ਨਾ ਇੱਥੇ ਪੰਜਾਬ ਖੇਤੀ ਪ੍ਰਧਾਨ ਸਰੂਬਾ ਹੈ ਹਿੰਦੁਸਤਾਨ ਖੇਤੀ ਪ੍ਰਧਾਨ ਦੇਸ਼ ਹੈ ਤਾਂ ਇਹਦਾ ਮਤਲਬ ਸੀ ਕਿ ਸਮੁੱਚਾ ਸਮਾਜ ਜਾਂ ਸੁੱਚਾ ਰਾਜ ਜਾਂ ਜ਼ਿੰਦਗੀ ਕਿਸੇ ਇੱਕ ਥਾਂ 'ਤੇ ਕੇਂਦਰਿਤ ਸੀ ਤਾਂ ਜਦੋਂ ਤੱਕ ਥਾਵਾਂ ਦੀ ਕੇਂਦਰਤਾ ਮਨੁੱਖ ਦੀ ਸਥਿਰ ਸੀ ਬਾਕੀ ਸਾਰੀ ਲੜਾਈ ਥਾਂ ਦੇ ਬਦਲਣ ਦੀ ਸੀਗੀ ਇਹ ਸਮਾਜਵਾਦ ਲਿਆਓ ਪੂੰਜੀਵਾਦ ਲਿਆਓ ਮਨੁੱਖ ਕੋਲ ਇੱਕ ਥਾਂ ਹੈ ਥਾਂ ਦਾ
ਰੁਤਬਾ ਬਦਲ ਗਿਆ ਵੀ ਬਾਜ਼ਾਰ ਹੋਵੇ ਕਿ ਘਰ ਹੋਵੇ ਜਾਂ ਦਰਬਾਰ ਹੋਵੇ। ਹੁਣ ਕੀ ਹੈ, ਹੁਣ ਤੁਸੀਂ ਦੇਖਦੇ ਹਾਂ ਕਿ ਜਿਹੜਾ ਖੇਡ ਮੈਦਾਨ ਹੈ ਉਹ ਵੀ ਇਹਦੇ ਵਿੱਚ ਹੈ, ਜਿਹੜਾ ਬਾਜ਼ਾਰ ਹੈ ਉਹ ਵੀ ਇਹਦੇ ਵਿੱਚ ਹੈ, ਜਿਹੜਾ ਦਰਬਾਰ ਹੈ ਉਹ ਵੀ ਇਹਦੇ ਵਿੱਚ ਹੈ। 150 ਸਾਲ ਤੋਂ ਦੁਨੀਆ ਦੇ ਵਿੱਚ ਜਿਹੜੀ ਸਰਦਾਰੀ ਸੀ ਉਹ ਸਕੂਲ ਦੀ ਸੀ, ਹੁਣ ਸਕੂਲ ਵੀ ਇਹਦੇ ਵਿੱਚ ਹੈ। ਤਾਂ ਹੁਣ ਅਸੀਂ ਇਸ ਗੱਲ ਨੂੰ ਇਸ ਤਰੀਕੇ ਤੋਂ ਘੱਟੋ ਘੱਟ ਮੈਂ ਇੱਦਾਂ ਵੇਖਦਾ ਇਹਨੂੰ ਕਿ ਜਿੰਨਾ ਸਾਰਾ ਜਿਹਨੂੰ ਮੋਡਰਨਿਟੀ ਕਹਿੰਦੇ ਆ, ਆਧੁਨਿਕਤਾ ਕਹਿੰਦੇ ਆ, ਮੈਂ ਸਾਰੀ ਨੂੰ ਜੋੜ ਕੇ ਇੱਥੇ ਤੱਕ ਦੇਖਦਾ ਕਿ ਜਦੋਂ ਛਾਪਾਖਾਨਾ ਆਇਆ ਤਾਂ ਪਹਿਲਾਂ ਕੀ ਛਾਪਣਾ ਸ਼ੁਰੂ ਹੋਇਆ, ਗੁਟਨਬਰਗ ਰਾਹੀਂ ਬਾਈਬਲ। ਜਿਨ੍ਹਾਂ ਦਾ ਦੁਨੀਆ 'ਤੇ ਸਾਰੇ ਥਾਂ ਰਾਜ ਕਰਨ ਦੀ ਇੱਛਾ ਸੀ, ਉਹਨਾਂ ਨੇ ਛਾਪੇਖਾਨੇ ਨੂੰ ਉਦੋਂ ਬਾਅਦ ਸੂਚਨਾ ਨੂੰ ਆਪਣਾ ਘੋੜਾ ਬਣਾਇਆ, ਜਿਹਦੇ ਰਾਹੀਂ ਉਹ ਦੁਨੀਆ ਦੇ ਉੱਤੇ ਆਪਣਾ ਘੋੜਾ ਫੇਰਿਆ। ਹੁਣ ਤੱਕ ਮੇਰੇ ਵਰਗੇ ਜੋ ਪੜ੍ਹਦੇ ਸੀ, ਸਾਨੂੰ ਸਾਡੇ ਪ੍ਰੋਫੈਸਰ ਨੇ ਪੜ੍ਹਾਇਆ ਵੀ ਇੱਕ ਯੁੱਗ ਧਰਮ ਭਰਮ ਦਾ ਸੀ, ਹੁਣ ਗਿਆਨ ਵਿਗਿਆਨ ਦਾ ਯੁੱਗ ਹੈ। ਮੈਂ ਇਸੇ ਜਿਹੜੇ ਇਹਨੂੰ ਭੇਡ ਦਿਖਾਉਂਦੇ ਹੈ, ਮੈਂ ਇਸੇ ਭੇਡ ਨੂੰ ਇਸ ਰੂਪ 'ਚ ਦੇਖਦਾ ਕਿ ਇੱਕ ਬਾਜ਼ਾਰ ਦਾ ਸੀ, ਵਿਗਿਆਨ ਦਾ ਝੁੱਗਾ ਪਾਇਆ ਸੀ ਵਪਾਰੀਆਂ ਨੇ, ਕਿਉਂਕਿ ਇੱਕ ਦਿਨ ਜ਼ਿੰਦਗੀ ਦਾ ਕੇਂਦਰ ਹੈ ਸੇਵਾ ਦਾ, ਜਿਹੜਾ ਧਰਮ ਦੇ ਖਾਤੇ 'ਚ ਆਉਂਦਾ। ਚੰਗਾ ਮਾੜਾ ਹਰੇਕ ਧਰਮ ਸੇਵਾ ਦੀ ਗੱਲ ਕਰਦਾ ਹੀ ਕਰਦਾ। ਦੂਜੇ ਪਾਸੇ ਹੈ ਬਾਜ਼ਾਰ, ਦੁਨੀਆ ਦੀਆਂ ਸਭ ਵੱਡੀਆਂ ਬਾਦਸ਼ਾਹੀਆਂ ਬਾਜ਼ਾਰ ਤੋਂ ਮੁਕਤ ਨਹੀਂ ਸੀਗੀਆਂ। ਸਾਨੂੰ ਪਤਾ ਹੈ ਕਿ ਨੈਪੋਲੀਅਨ ਸਮੇਤ ਬੰਦਿਆਂ ਨੇ ਕਰਜ਼ੇ ਲੈ ਕੇ ਜੰਗ ਲੜੇ, ਕਲਾਈਵ ਨੂੰ ਕਿਹਨੇ ਜਿਤਾਇਆ, ਉਹ ਵੀ ਸੇਠ ਹੀ ਸੀ, ਠੀਕ। ਬੰਦਾ ਸਿੰਘ ਬਹਾਦਰ ਦੇ ਖਿਲਾਫ ਵੀ ਬਹਾਦਰ ਸ਼ਾਹ ਦੀ ਮੁਹਿੰਮ ਨੂੰ ਸਪੋਂਸਰ ਕੀਤਾ ਸੀ ਵਪਾਰੀਆਂ ਨੇ। ਤਾਂ ਕੁੱਲ ਮਿਲਾ ਕੇ ਕਿ ਜਿਹੜੀ ਉਹ ਸਾਡੇ ਸਾਹਮਣੇ 150 ਸਦੀ ਦੀ ਜਾਂ 100 ਸਾਲ ਦੀ ਜੰਗ ਬਣਦੀ ਹੈ ਧਰਮ ਅਤੇ ਵਿਗਿਆਨ ਦੀ, ਉਹ ਵਪਾਰੀਆਂ ਦੀ ਅਤੇ ਧਰਮ ਦੇ ਮਾਮਲੇ ਦੀ ਜੰਗ ਸੀ, ਜਿਹੜਾ ਸਮਾਜਵਾਦ ਪੂੰਜੀਵਾਦ ਦਾ ਬੜੀਆਂ ਗੱਲਾਂ ਹੋਣਗੀਆਂ ਮੇਰੀ ਸਮਝ ਤੋਂ ਪਰੇ ਨੇ, ਮੋਟੇ ਰੂਪ 'ਚ ਇੰਨੇ ਸੀ ਕਿ ਜ਼ਿੰਦਗੀ 'ਚ ਕੇਂਦਰੀ ਥਾਂ ਕਿਹੜੀ ਹੈ, ਬਾਜ਼ਾਰ, ਖੇਤ, ਕਾਰਖਾਨਾ, ਕੀ ਉਹ ਹਜੇ ਕੁਛ ਮੁੱਕਿਆ ਨਹੀਂ ਸੀ। ਸਾਡੇ ਸਾਹਮਣੇ ਨਵੀਂ ਗੱਲ ਆ ਗਈ ਹੈ ਜਿੱਥੇ ਬਾਕੀ ਥਾਵਾਂ ਦੀ ਕੇਂਦਰਤਾ ਘੱਟ ਘੱਟ ਕੇ ਇੱਕ ਚੱਪਾ ਜੰਨੇ ਸੰਦ 'ਤੇ ਸਾਡੇ ਸਾਹਮਣੇ ਆ ਗਈ ਹੈ। ਅਸੀਂ ਹਲੇ ਉਹ ਬੰਦੇ ਹਾਂ ਜਿਹੜੇ ਇਹ ਤੋਂ ਬਿਨਾਂ ਜੰਮੇ ਹੋਏ ਹਾਂ, ਜਿਹੜੇ ਬੱਚੇ 4G ਆਉਣ ਤੋਂ ਬਾਅਦ ਜੰਮੇ ਨੇ ਉਹ 10 ਸਾਲਾਂ ਤੱਕ ਜਵਾਨ ਹੋ ਜਾਣਗੇ, ਫਿਰ ਜੋ ਦੁਨੀਆ ਹੋਏਗੀ ਉੱਥੇ ਸਾਡੇ ਵਰਗੇ ਸਾਰੇ ਬੰਦੇ ਏਲੀਅਨ ਹੋਣਗੇ। ਇਹ ਨਹੀਂ ਪਤਾ ਉਹਦੇ ਨੂੰ ਕਾਨੂੰਨ ਬਣ ਜਾਏ ਕਿ ਜਿਹੜੇ ਬੰਦਾ ਆਪਦੀ ਸੋਸ਼ਲ ID ਨਹੀਂ ਰੱਖੂਗਾ ਉਹਨੂੰ ਗੋਲੀ ਮਾਰੀ ਜਾਏਗੀ, ਕੋਈ ਵੱਡੀ ਗੱਲ ਨਹੀਂ ਹੈ। ਇਹ ਕੁਛ ਮੁਲਕਾਂ ਨੇ ਤੁਸੀਂ ਉਹਨਾਂ ਦਾ ਵੀਜ਼ਾ ਲੈਣ ਜਾਣਾ ਤਾਂ ਉਹ ਕਹਿੰਦੇ ਨੇ ਪਹਿਲਾਂ ਆਪਦੀ ਫੇਸਬੁੱਕ ਵਾਲੀ ਪ੍ਰੋਫਾਈਲ ਲੈ ਕੇ ਆ। ਇਹ ਸਾਰੀ ਗੱਲ ਉੱਧਰ ਨੂੰ ਜਾਂਦੀ ਹੈ। ਇੱਥੋਂ 2 ਰਾਹ ਨਿਕਲਦੇ ਨੇ ਜਿਹੜੇ ਸਾਨੂੰ ਸਮਝ ਪੈਂਦੇ ਨੇ। ਇੱਕ ਤਾਂ ਸਟੀਫਨ ਹਾਕਿੰਗ ਨੇ ਕਿਹਾ ਸੀ ਮੇਰੇ ਖਿਆਲ 'ਚ, ਜੇ ਮੈਂ ਗਲਤ ਨਹੀਂ ਹਾਂ, ਵੀ 100 ਕੁ ਸਾਲ ਤੀਕਰ ਜਿਹੜੇ ਉਹਦਾ ਸ਼ਬਦ ਸ਼ਾਇਦ ਵੀ ਅਤ ਅਮੀਰ ਬੰਦੇ ਨੇ ਜਿਹੜੇ ਉਹ ਆਪਦੇ ਆਪ ਨੂੰ ਅਮਰ ਕਰਕੇ ਇੱਥੋਂ ਨਿਕਲ ਜਾਣਗੇ, ਧਰਤੀ ਦੀ ਜ਼ਿੰਦਗੀ ਖਤਮ ਹੋਣੀ, ਮਨੁੱਖਤਾ ਮਰ ਜਾਣੀ ਹੈ। ਦੂਜਾ ਹੁਣ ਮੈਨੂੰ ਸਮਝ ਪੈਂਦਾ ਕਿ ਜਿਹੜੇ ਬਿਆਨ ਐਮਾਜ਼ੋਨ ਵਾਲਾ ਭਾਈ ਦੇ ਜਾਂਦਾ, ਜਿਹੜੇ ਬਿਆਨ ਐਲਨ ਮਸਕ ਦੇ ਜਾਂਦਾ ਕਿ ਧਰਤੀ ਮਨੁੱਖਤਾ ਦਾ ਕਰੈਡਲ ਹੈ ਪਰ ਇਹਦਾ ਭਵਿੱਖ ਇੱਥੇ ਨਹੀਂ ਹੈ, ਚਲੋ ਅਮਰਾਂ ਨੂੰ ਚੱਲੀਏ, ਠੀਕ। ਅਤੇ ਮੈਨੂੰ ਲੱਗਦਾ ਕਿ ਅਖੀਰ ਨੂੰ ਮਨੁੱਖਤਾ ਨੂੰ ਵੱਡੇ ਹਿੱਸੇ ਨੂੰ ਜਿਹੜਾ ਇੱਥੋਂ ਕੱਢਣ ਦਾ ਖੇਡ ਆ ਸਾਰਾ ਹੀ, ਇਹ ਸੰਦ ਤੰਗ ਇੰਨੀ ਛੇਤੀ ਮਨੁੱਖਤਾ ਸਾਹਮਣੇ ਲੈ ਕੇ ਆਉਂਦੇ ਨੇ, ਇਹਦਾ ਕੋਈ ਹੋਰ ਮਾਨਾ ਨਹੀਂ ਬਣਦਾ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਸੰਚਾਰ ਸਾਧਨਾਂ ਦੀ ਜਿਹੜੀ ਦੌੜ ਹੈ ਲੋਕਾਂ 'ਚ 1990 ਤੱਕ ਰੁਕੀ ਰਹੀ, ਜਿੱਦਾਂ ਇਹ ਐਲਾਨ ਹੋਇਆ ਕਿ ਸੋਵੀਅਤ ਕੈਂਪ ਢਹਿੰਦਾ ਹੈ, ਉਦੋਂ ਬਾਅਦ ਫਟਾਫਟ 1G 2G ਆਉਣ ਦੇ ਸੋ, ਠੀਕ। ਤਾਂ ਜੋ ਹੁਣ ਚੰਦਰਮਾ 'ਤੇ ਜਾਣ ਦਾ, ਮੰਗਲ 'ਤੇ ਜਾਣ ਦਾ ਜਿਹੜਾ ਪਲੈਨ ਹੈਗੇ ਨੇ, ਉਹ ਮੈਂ ਇਹਨੂੰ ਇਹਦੇ ਨਾਲ ਜੋੜ ਕੇ ਦੇਖਦਾ, ਭਾਵੇਂ ਇਹ ਲੱਗਦਾ ਵੀ ਕੰਸਪੀਰੇਸੀ ਲੱਗਦੀ ਹੈ ਵੇਖਣ ਨੂੰ ਇਹ, ਪਰ ਇਹ 2 ਗੱਲਾਂ ਸੋਚਣ ਵਾਸਤੇ ਜ਼ਰੂਰ ਨੇ ਕਿ ਜਿਹੜਾ ਸਾਡੇ ਉੱਤੇ ਅਸਰ ਪੈ ਰਿਹਾ ਉਹ ਸੱਚ ਝੂਠ ਦੇ ਫਰਕ ਨੂੰ ਮੇਟਦਾ, ਚੰਗੇ ਮਾੜੇ ਦੀ ਮਾਨਤਾ ਨੂੰ ਮੇਟਦਾ, ਸਿਰਫ ਸਾਨੂੰ ਪਸੰਦ ਤੱਕ ਲੈ ਕੇ ਆਉਂਦਾ। ਇਹਦੇ ਨਾਲ ਬੰਦੇ ਦਾ ਕੀ ਬਣਨਾ ਕਿ ਬੰਦੇ ਨੇ ਇੱਕ ਸਿਰਫ ਗਾਹਕ ਬਣਨਾ। ਮੈਨੂੰ ਇੱਕ ਬੰਦਾ ਕਹਿੰਦਾ ਵੀ
ਵੱਧ ਤੋਂ ਵੱਧ ਲੋਕਾਂ ਨੂੰ ਗੁਲਾਮ ਕਰ ਲੈਣਗੇ ਨਾ, ਲੋਕ ਫਿਰ ਆਜ਼ਾਦੀ ਲੈ ਲੈਣਗੇ। ਪਰ ਮੈਨੂੰ ਲੱਗਦਾ ਹੈ ਕਿ ਜਿਸ ਹੱਦ ਤੱਕ ਇਹਦੀ ਪਕੜ ਵੱਧਦੀ ਹੈ, ਇਹ ਪਹਿਲਾਂ ਵਰਗੀ ਰਾਜਨੀਤਿਕ ਗੁਲਾਮੀ ਨਹੀਂ ਹੈ। ਹੁਣ ਤੱਕ ਮਨੁੱਖ ਦੀ ਦੇਹ 'ਚ ਜਾਣ ਵਾਲਾ ਜਿਹੜਾ ਅੰਨ ਹੈ, ਅੰਨ ਦੇ ਉੱਤੇ ਕਬਜ਼ਾ ਹੈ ਕਿ ਕਿਸ ਕਿਸਮ ਦੇ ਬੀਜ ਬੀਜੇ ਜਾਣਗੇ। ਆ ਕਾਨੂੰਨ ਵਾਪਸ ਹੋ ਗਏ, ਨਹੀਂ ਤਾਂ ਸਾਡੇ ਸਾਹਮਣੇ ਸਭ ਕੁਛ ਹੁਣੀ ਹੋ ਜਾਣਾ ਸੀਗਾ। ਸਰਕਾਰ ਕੋਲ ਨਬਾਰਡ ਦੀ ਆਈ ਹੋਈ ਹੈ ਰਿਪੋਰਟ ਕਿ ਹਜ਼ਾਰ ਹਜ਼ਾਰ ਹੈਕਟੇਅਰ ਦੇ ਖੇਤ ਹੋਣਗੇ ਘੱਟੋ ਘੱਟ, ਮਤਲਬ 2500 ਕਿੱਲੇ ਤੋਂ ਘੱਟ ਦੇ ਬੰਦੇ ਨੂੰ ਕਿਸਾਨ ਨਹੀਂ ਮੰਨਣਾ ਉਹਨਾਂ ਨੇ। ਆਸਟ੍ਰੇਲੀਆ ਪਹਿਲਾਂ ਕਹਿ ਹਟਿਆ ਕਿ 1000 ਏਕੜ ਤੋਂ ਘੱਟ ਵਾਲੇ ਬੰਦੇ ਨੂੰ ਅਸੀਂ ਜ਼ਿਮੀਦਾਰ ਨਹੀਂ ਮੰਨਦੇ। ਤਾਂ ਜਿਹੜਾ ਖਾਣਾ ਹੈ, ਖਾਣੇ ਦੇ ਉੱਤੇ ਕਬਜ਼ਾ ਸਾਨੂੰ ਪਹਿਲਾਂ ਹੀ ਪਤਾ ਬੀਜਾਂ 'ਤੇ ਹੋਇਆ ਪਿਆ। ਜਿਹੜੇ ਸਾਡੇ ਭੈਣ ਭਰਾ ਉਹ ਆਂਡੇ ਮੀਟ ਛਕਦੇ ਨੇ, ਉਹਨਾਂ ਨੂੰ ਪਹਿਲਾਂ ਹੀ ਪਤਾ ਕਿ ਉਹ ਸਾਰਾ ਪੋਲਟਰੀ ਦਾ, ਕੁਦਰਤੀ ਨਹੀਂ ਹੈ। ਹੁਣ ਜਿਹੜੀ ਗੱਲ ਸਭ ਤੋਂ ਵੱਧ ਮੈਨੂੰ ਖੜਕਦੀ ਸੀ ਉਹ ਇਹ ਕਿ ਦੁਨੀਆ ਭਰ ਦੇ ਵਿੱਚ ਜਿਹੜੀ ਕੁੱਖ ਹੈ ਉਹ ਕਿਰਾਏ ਦੀ ਹੋ ਗਈ, ਕਿਤੇ ਵਿਰੋਧ ਨਹੀਂ ਹੋਇਆ। ਸਾਰਿਆਂ ਸਮਾਜਾਂ ਦੇ ਵਿੱਚ ਬੰਦੇ ਦਾ ਜੰਮਣਾ ਸ਼ੁਭ ਸ਼ਗਨ ਸੀ ਅਤੇ ਕਿਤੇ ਵੀ ਇਸ ਗੱਲ ਦਾ ਵਿਰੋਧ ਨਹੀਂ ਹੋਇਆ। ਅਤੇ ਜਿਸ ਤਰ੍ਹਾਂ ਦੀ ਮਾਨਤਾ ਦਿੱਤੀ ਜਾ ਰਹੀ ਹੈ, ਅਤੇ ਜਿਵੇਂ ਮਨੁੱਖਤਾ ਦੀ ਆਬਾਦੀ ਘਟਾਉਣ ਦੀ ਗੱਲ ਸਾਨੂੰ ਸਕੂਲਾਂ 'ਚ ਪੜ੍ਹਾਈ ਗਈ 1970-80 ਤੋਂ ਲੈ ਕੇ, ਉਹ ਸਾਰੀਆਂ ਜੋੜ ਕੇ ਦੇਖੋ ਕਿ ਸਾਰਾ ਕੁਛ ਕਿੱਧਰ ਨੂੰ ਜਾਂਦਾ। ਜਿੱਥੋਂ ਜਿੱਥੋਂ ਵਿਰੋਧ ਹਾਸਲ ਹੋਣਾ ਸੀ ਉਹਨਾਂ ਉਹਨਾਂ ਮੁਲਕਾਂ ਦੇ ਵਿੱਚ ਡਾਟਾ ਸਭ ਤੋਂ ਸਸਤਾ ਹੈ। ਜਿੱਥੇ ਜਿੱਥੇ ਪਰੰਪਰਾਵਾਂ ਦੀ ਮਾਨਤਾ ਜ਼ਿਆਦਾ ਸੀ ਉੱਥੇ ਉੱਥੇ ਸਸਤਾ ਹੈ, ਜਿਹੜੇ ਪਹਿਲਾਂ ਹੀ ਹੱਥ 'ਚ ਆਏ ਹੋਏ ਨੇ ਉੱਥੇ ਮਹਿੰਗਾ। ਡਾਟਾ ਸਸਤਾ ਮਹਿੰਗਾ ਇੱਕ ਬਹੁਤ ਛੋਟਾ ਜਿਹਾ ਇਸ਼ਾਰਾ ਹੈ ਸਾਡੇ ਸਾਹਮਣੇ ਕਿ ਘੱਟੋ ਘੱਟ ਜਿੱਥੇ ਜਿੱਥੇ ਦੁਨੀਆ ਦੇ ਵਿੱਚ ਲਗਭਗ 2016 ਦੇ ਸਾਰੇ ਕਿਤੇ 4G ਆ ਗਿਆ, ਕਿਸੇ ਵੀ ਸਮਾਜ ਦੇ ਵਿੱਚ ਜਾ ਕੇ ਜਿਹੜਾ ਬਦਲਾਅ ਦੇਖਾਂਗੇ ਅਸੀਂ ਉਹ ਸਾਰਾ ਇੱਕੋ ਕਿਸਮ ਦਾ ਲਗਭਗ। ਜਿੱਥੇ ਜਿੱਥੇ ਜਿਵੇਂ ਸਾਡੇ ਆਪਣੇ ਕਿਸਾਨ ਮੋਰਚਾ ਚੱਲਿਆ ਸੀ, ਜੇ ਨਾ ਚੱਲਦਾ ਹੁੰਦਾ ਤਾਂ ਸਾਡੇ ਇੱਥੇ ਮੌਤਾਂ ਦੀ ਗਿਣਤੀ ਹਜ਼ਾਰਾਂ ਦੇ ਹਿਸਾਬ ਨਾਲ ਹੋਣੀ ਸੀ। ਲੋਕ ਸਮਾਜਿਕ ਕਾਰਵਾਈ 'ਚ ਪੈ ਗਏ ਸੀ, ਉਤਸ਼ਾਹ 'ਚ ਆ ਗਏ ਸੀ, ਪਰੰਪਰਾ ਦਾ ਮਾਣ ਜਾਗ ਪਿਆ ਸੀ, ਤਾਂ ਕਰਕੇ ਬਚ ਗਏ। ਜੇ ਕਿਸਾਨ ਮੋਰਚਾ ਨਾ ਲੱਗਿਆ ਹੁੰਦਾ ਤਾਂ ਸਾਡੇ ਪੰਜਾਬ 'ਚ ਮੌਤਾਂ ਦੀ ਗਿਣਤੀ ਬੇਹੱਦ ਜ਼ਿਆਦਾ ਹੋਣੀ ਸੀ, ਜੇ ਬੰਦੇ ਡਰ ਗਏ ਹੁੰਦੇ ਤਾਂ। ਅਤੇ ਹੁਣ ਜਿਹੜਾ ਮੈਨੂੰ ਲੱਗਦਾ ਇਹਦੇ ਹੱਲ 'ਚ ਉਹੀ ਗੱਲ ਹੈ ਜਿਹੜੀ ਰੂੜ ਸਦੀ ਤੋਂ ਨਕਾਰੀ ਜਾ ਰਹੀ ਹੈ ਕਿ ਹਰ ਬੰਦੇ ਕੋਲ ਜਿਹੜਾ ਸਮਾਂ ਹੈ, ਮੈਂ ਹਰ ਥਾਂ ਕਹਿੰਦਾ ਗੱਲ ਤੁਹਾਡੇ ਇੱਥੇ ਵੀ ਕਹਿੰਦਾ ਕਿ ਉਹ ਹੈ 8 ਪਹਿਰਾਂ ਦਾ, ਅਤੇ 2 ਪਹਿਰ ਹਰ ਬੰਦੇ ਨੇ ਘੱਟੋ ਘੱਟ ਸੌਣਾ ਹੀ ਹੁੰਦਾ। ਇਹਦੇ ਤੋਂ ਬਚਣ ਦੀ ਕਸਰਤ ਵਾਸਤੇ ਜਿਹੜੇ ਤਾਂ ਬੰਦੇ ਧਾਰਮਿਕ ਨੇ ਉਹਨਾਂ ਦਾ ਸੌਖਾ ਸਰ ਜਾਂਦਾ ਕਿ ਸਵੇਰੇ ਸ਼ਾਮ ਆਪਦਾ ਜੀ ਲਾ ਕੇ ਪੂਜਾ ਪਾਠ ਕਰਨ, ਜਿਹੜੇ ਨਹੀਂ ਹਨ ਉਹ ਮਿੱਥ ਕੇ ਬੰਦਿਆਂ ਨੂੰ ਮਿਲਣ, ਫੋਨ ਕਰਨ, ਜੀਆਂ ਜੋ ਮਿਲਣਾ ਆਪਣੇ ਜੰਮੇ ਮੱਥਣ। ਤੁਸੀਂ ਸਾਰੇ ਦੇਖ ਲਓ ਜਿਹੜਾ ਬੰਦਾ ਫੋਨ ਚਲਾਉਂਦਿਆਂ 2 ਸਾਲ ਹੋ ਗਏ ਉਹਦਾ ਲੋਕਾਂ ਦੇ ਵਿਆਹਾਂ ਅਤੇ ਮਰਨਿਆਂ 'ਤੇ ਜਾਣ ਤੋਂ ਜੀ ਘੱਟ ਗਿਆ। ਤੁਸੀਂ ਆਪਦਾ ਵੇਖ ਲਓ, ਭਾਵੇਂ ਵੀ ਛੱਡ ਉਹਦੇ ਕੀ ਜਾਣਾ। ਇਹ ਜਿਸ ਤਰ੍ਹਾਂ ਜਿਹੜਾ ਵਿਚਾਰ ਹੈ, ਮਨੁੱਖ ਦਾ ਮਨੋਭਾਵ ਜਿਹੜਾ ਬਦਲ ਰਿਹਾ, ਭਾਵਨਾ ਦੀ ਪੱਧਰ 'ਤੇ ਹਰ ਫੈਸਲਾ ਹੋ ਰਿਹਾ, ਉਹ ਇਹਦਾ ਹਜੇ ਸਾਡੇ 'ਤੇ ਪਹਿਲਾ ਅਸਰ ਹੈ। ਅਤੇ ਮੈਨੂੰ ਆਪਣੀ ਜਿਹੜੀ ਗੱਲ ਮੈਂ ਮੁਕਾਉਣੀ ਚਾਹੁੰਦਾ, ਉਹ ਅਖੀਰਲੀ ਇਹੀ ਹੈ ਕਿ ਜਿੰਨੀ ਅਸੀਂ ਗੱਲ ਕਰ ਲੈਂਦੇ ਹਾਂ, ਪਹਿਲਾਂ ਵੀ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਗੱਲ ਵੱਧ ਕਰਦੇ ਹਾਂ, ਉਹ 'ਤੇ ਅਮਲ ਘੱਟ ਕਰਦੇ ਹਾਂ। ਤਾਂ ਹੁਣ ਦੁਨੀਆ 'ਚ ਕਿਤੇ ਵੀ ਲੋਕਾਂ ਨੂੰ ਇਹ ਫਿਕਰ ਤਾਂ ਹੈ ਕਿ ਇਹਦਾ ਅਸਰ ਹੈ, ਪਰ ਇਹਦੇ ਖਿਲਾਫ ਲੜਨਾ ਕਿਵੇਂ ਹੈ ਇਹਦਾ ਹਜੇ ਕਿਸੇ ਕੋਲ ਕੋਈ ਮੂੰਹ ਮਹਾਂਦਰਾ ਨਹੀਂ ਬਣਿਆ ਹੋਇਆ ਵੀ ਵੱਧ ਤੋਂ ਵੱਧ ਬਚ ਜਾਓ ਜੀ, ਇਹਨੂੰ ਬੰਦ ਕਰ ਦਿਓ, ਇਹਨੂੰ ਔਫ ਕਰ ਦਿਓ। ਹੁਣ ਸਾਨੂੰ ਪਤਾ ਕਿ ਔਫ ਕੀਤਿਆਂ ਔਫ ਨਹੀਂ ਹੁੰਦਾ ਹੈ। ਜਿੱਥੇ ਅਸੀਂ ਖੜ੍ਹੇ ਹੋਏ ਹਾਂ ਇੱਕ ਹਿਸਾਬ ਨਾਲ ਅਸੀਂ ਆਖਰੀ ਪੀੜ੍ਹੀ ਮਨੁੱਖਤਾ ਦੀ, ਪਰ ਜਿੱਥੇ ਸਾਡੀ ਜਾਣਕਾਰੀ ਉਹ ਸਿਰਫ ਬਹੁਤਾ ਫਿਕਰ ਹੈ। ਇਹ ਇੰਨਾ ਕੁ ਸੱਚ ਤਾਂ ਹੈ ਕਿ ਅਸੀਂ ਹਾਲ ਦੀ ਘੜੀ ਇੱਕੋ ਦਮ ਸਾਰੀ ਮਨੁੱਖਤਾ ਨੇ ਜਾਂ ਸਾਡੇ ਸਮਾਜ ਨੇ ਇਹਨੂੰ ਬੰਦ ਨਹੀਂ ਕਰ ਦੇਣਾ, ਪਰ ਘੱਟੋ ਘੱਟ ਜਿੰਨੀ ਕੁ ਸਾਨੂੰ ਗੱਲ ਹੋਰਾਂ ਤੋਂ ਸਮਝ ਪੈਂਦੀ ਹੈ ਜਾਂ ਆਪਣੇ ਤਜਰਬੇ ਤੋਂ ਸਮਝ ਪੈਂਦੀ ਹੈ, ਉਹਨੂੰ ਇਕੱਲੇ ਅਧਿਆਪਕਾਂ ਵਜੋਂ ਨਹੀਂ ਜਾਂ ਪੰਜਾਬੀਆਂ ਵਜੋਂ ਨਹੀਂ, ਸਾਰੀ ਮਨੁੱਖਤਾ ਦੇ ਹਿੱਸੇਦਾਰਾਂ ਵਜੋਂ ਇਹ ਮਿੱਥਣਾ ਪੈਣਾ ਕਿ ਅਸੀਂ ਇਹਦੇ ਨਾਲ ਜੋ ਹੋ ਰਿਹਾ
ਘੱਟੋ ਘੱਟ ਜਿੰਨਾ ਸਾਨੂੰ ਸਮਝ ਪੈਂਦਾ ਜਿਹਨੂੰ ਕਹਿੰਦੇ ਵੀ ਕੌਮਨ ਮਿਨੀਮਮ ਪ੍ਰੋਗਰਾਮ ਉੱਥੇ ਤੱਕ ਆ ਸਕਦੇ ਇਸ ਗੱਲ 'ਤੇ। ਤਾਂ ਮੈਂ ਹੁਣ ਭਾਸ਼ਾ ਦਾ ਵਿਦਿਆਰਥੀ ਹੈਗਾ ਤਾਂ ਮੈਂ ਆਖਰੀ ਬੇਨਤੀ ਇਹ ਕਰਦਾ ਕਿ ਸਾਨੂੰ ਸਾਰਿਆਂ ਨੂੰ ਸ਼ਬਦ ਹੀ ਘੜਦਾ। ਗੁਰਬਾਣੀ ਵੀ ਇਹੀ ਕਹਿੰਦੀ ਹੈ, ਜਿਹੜੀ ਸਿੱਖਿਆ ਸਿਖਾਉਣੀ ਆ ਉਹ ਵੀ ਸਾਨੂੰ ਇਹੋ ਜਿਹੀ ਹੀ ਕਹਿੰਦੀ ਹੈ। ਅਤੇ ਜਿਹੜੀ ਗੱਲ ਸਿਕੰਦਰ ਸਿੰਘ ਹੁਣ ਪਹਿਲਾਂ ਕਹਿ ਗਏ ਨੇ ਕਿ ਅਸੀਂ ਇਹਦੇ ਨੇ ਜੋ ਸਿੱਖਿਆ ਸਭ ਤੋਂ ਜ਼ਿਆਦਾ ਉਹੀ ਹੈ ਕਿ ਅਸੀਂ ਸ਼ਬਦ ਦੀ ਬੇਅਦਬੀ ਕਰ ਰਹੇ ਹਾਂ। ਬੇਅਦਬੀ ਤਾਂ ਕਰ ਰਹੇ ਹਾਂ ਕਿ ਅਸੀਂ ਭਾਵਨਾਵਾਂ ਦੀ ਪੱਧਰ 'ਤੇ ਆ ਜਾਂਦੇ ਹਾਂ, ਪਸੰਦ ਨਾ ਪਸੰਦ ਵਾਲੀ 'ਤੇ। ਜਦੋਂ ਬੰਦਾ ਪਸੰਦ ਨਾ ਪਸੰਦ ਦੇ ਵਿੱਚ ਹੈ ਤਾਂ ਉਦੋਂ ਬੰਦੇ ਦੇ ਮੂੰਹੋਂ ਗਾਲ ਹੀ ਨਿਕਲਦੀ ਹੈ। ਵਿਚਾਰ ਚਰਚਾ ਦੀ ਪੱਧਰ 'ਤੇ ਬੰਦਾ ਗਾਲ ਨਹੀਂ ਕੱਢਦਾ, ਉੱਥੇ ਅਸਹਿਮਤ ਹੁੰਦਾ ਹੈ। ਤਾਂ ਜਿੱਥੇ ਵੀ ਸਾਡੇ ਮਨ 'ਚ ਗਾਲ ਆ ਰਹੀ ਹੈ ਇਹਦਾ ਖਿਆਲ ਆਉਣਾ ਚਾਹੀਦਾ ਕਿ ਇਸ ਘੜੀ ਮੈਂ ਭਾਵਨਾ ਦੀ ਪੱਧਰ 'ਤੇ ਹਾਂ। ਇੰਨੀ ਗੱਲ ਨਾਲ ਸਾਰਿਆਂ ਦੀ ਜ਼ਿੰਦਗੀ 'ਚ ਬਹੁਤ ਵੱਡਾ ਫਰਕ ਪੈਣਾ। ਸ਼ਬਦਾਂ ਦੀ ਦੁਰਵਰਤੋਂ ਦਾ ਜੇ 1% ਵੀ ਸਾਡੇ ਇਕੱਲੇ ਇਕੱਲੇ ਬੰਦੇ ਜ਼ਿੰਦਗੀ 'ਚ ਘੱਟ ਜਾਵੇ ਇਹਦਾ ਆਲੇ ਦੁਆਲੇ ਬਹੁਤ ਵੱਡਾ ਅਸਰ ਪੈਣਾ। ਇਕੱਲਾ ਬੰਦਾ ਉਵੇਂ ਜਿਵੇਂ ਜੰਗਲ ਨੂੰ ਅੱਗ ਲੱਗ ਗਈ, ਇੱਕ ਰੁੱਖ ਇਕੱਲਾ ਜੇ ਦੂਰ ਖੜ੍ਹਾ ਉਹਨੂੰ ਭਾਵੇਂ ਅੱਗ ਨਾ ਵੀ ਲੱਗੇ ਉਹ ਸੇਕਣਾ ਮੱਚ ਜੂਗਾ। ਅਤੇ ਇਸ ਕਰਕੇ ਇੰਨੀ ਮੇਰੀ ਬੇਨਤੀ ਹੈ ਕਿ ਜਿਹੜਾ ਸ਼ਬਦਾਂ ਦੇ ਪੱਖ ਤੋਂ ਅਸੀਂ ਜਿਹੜਾ ਹੱਲ ਕਰ ਸਕਦੇ ਹਾਂ, ਘੱਟੋ ਘੱਟ ਮਾਮੂਲੀ ਹੱਲ ਇਹੀ ਹੈ ਕਿ ਜਿਹੜਾ ਭਾਵਨਾ ਦੀ ਪੱਧਰ 'ਤੇ ਸਾਡੇ ਅੰਦਰ ਗਾਲ ਦਾ ਖਿਆਲ ਉੱਠਦਾ ਉਹ ਰੋਕ ਲਈਏ। ਦੂਜਾ, ਮਿੱਥ ਕੇ ਇੱਕ ਦੂਜੇ ਨੂੰ ਮਿਲਣ ਦਾ, ਖਾਸ ਕਰਕੇ ਜਿਹਨਾਂ ਨਾਲ ਪਸੰਦ ਨਾ ਪਸੰਦ ਹੋ ਗਈ ਹੈ ਉਹਨਾਂ ਨੂੰ ਮਿਲਣ ਦੀ ਕੋਸ਼ਿਸ਼ ਕਰੀਏ। ਮਨੁੱਖਤਾ ਆਪਣੀ ਸਾਂਝ ਦੇ ਸਿਰ 'ਤੇ ਜਾਂਦੀ ਹੈ, ਪਰ ਜਿਹਦਾ ਨਾਂ ਸੋਸ਼ਲ ਮੀਡੀਆ ਹੈ, ਇਨ ਰੀਅਲ ਸੈਂਸ ਐਂਟੀ ਸੋਸ਼ਲ ਨੌਨ ਸੋਸ਼ਲ ਵਰਤਾਰਾ ਹੈ। ਸਾਨੂੰ ਇਹ ਸਮਝਣ ਦੀ ਲੋੜ ਹੈਗੀ ਹੈ ਕਿ ਬੰਦੇ ਵਰਤਣ ਨਾਲ ਮਨੁੱਖਤਾ ਦੇ ਪੱਧਰ ਤੋਂ ਗਿਰ ਜਾਂਦੇ ਹੈ। ਬੰਦੇ ਕੋਲ ਕੋਈ ਰਿਸ਼ਤਾ ਨਹੀਂ ਬਚਣਾ ਜੀ, ਆਪਦੀ ਦੇਹ ਨਾਲ ਵੀ ਨਹੀਂ ਬਚਣਾ ਹੈ। ਖੇਡਦਿਆਂ ਬੰਦਿਆਂ ਦਾ ਪਾਣੀ ਮੁੱਕ ਜਾਂਦਾ ਹੈ, ਘਰਾਂ 'ਚ ਪਏ ਬੰਦੇ ਬਿਮਾਰ ਹੋ ਗਏ, ਲੋਕਾਂ ਨੇ ਜਿੰਨੇ ਤੋੜ ਕੇ ਕੱਢੇ ਹੋਏ ਨੇ, ਸਾਡੇ ਵੀ ਇੱਥੇ ਹੋਣ ਵਾਲੀ ਗੱਲ ਥੋੜ੍ਹੇ ਚਿਰ ਨੂੰ। ਉੱਥੇ ਠੁੰਗਾ ਮਾਰਦੇ ਮਾਰਦੇ ਬੰਦੇ ਲੜ ਕੇ ਬਾਹਰ ਟਾਈਮ ਬੰਨ ਲੈਂਦੇ ਆ ਕਿ ਜਿਹਨੂੰ ਗੋਲੀ ਮਾਰਦੇ ਜਾਂਦੇ ਨੇ, ਇਹ ਸਾਡੇ ਹੋਣ ਲੱਗ ਗਿਆ। ਅਤੇ ਇਹਦੇ ਤੋਂ ਪਹਿਲਾਂ ਕਿ ਬਿਮਾਰੀ ਇੰਨੀ ਫੈਲ ਜਾਏ ਅਸੀਂ ਇਸ ਗੱਲ ਨੂੰ ਜਾਣ ਲਈਏ ਕਿ ਇੱਕ ਦੂਜੇ ਨੂੰ ਮਿਲਦੇ ਰਹੀਏ, ਸ਼ਬਦਾਂ ਨਾਲ ਸਾਡਾ ਰਿਸ਼ਤਾ ਸਹੀ ਰਹੇ। ਜੇ ਸ਼ਬਦਾਂ ਨਾਲ ਸਾਡਾ ਰਿਸ਼ਤਾ ਸਹੀ ਰਹਿੰਦਾ, ਸਾਡੀ ਪਰੰਪਰਾ ਮੁਤਾਬਕ ਘੱਟੋ ਘੱਟ ਅਸੀਂ ਇੱਕ ਸੀਸੇ ਉੱਤੇ ਰੰਗਾਂ ਦੀ ਮਾਰ ਤੋਂ ਬਚ ਸਕਦੇ ਹਾਂ। ਪਰ ਉਹਨੂੰ ਛੋਟਾ ਨਾ ਜਾਣੋ, ਕਹਿੰਦੇ ਕਿ ਦੁਸ਼ਮਣ ਨੂੰ ਕਦੇ ਕਮਜ਼ੋਰ ਨਾ ਸਮਝੋ। ਨੋ ਦਾ ਐਨਮੀ ਨੋ ਯੂਅਰ ਸੈਲਫ। ਮੇਰੀਆਂ ਗੱਲਾਂ 'ਚ ਬਹੁਤ ਕੁਛ ਬੇਤਰਤੀਬ ਸੀਗਾ, ਮੈਂ ਪਹਿਲਾਂ ਕਿਹਾ ਸੀ, ਭੁੱਲਾਂ ਚੁੱਕਾਂ ਲਈ ਖਿਮਾ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹੋ।